ਨਮਸਕਾਰ, ਸਤਿ ਸ਼੍ਰੀ ਅਕਾਲ। ਤੁਹਾਡਾ ਸਭ ਦਾ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਸਿਆਸੀ ਪਰਿਵਾਰਵਾਦ ਦੀ, ਜੋ ਭਾਰਤ ਅਤੇ ਖਾਸ ਕਰਕੇ ਪੰਜਾਬ ਦੀ ਸਿਆਸਤ 'ਚ ਪ੍ਰਮੁੱਖ ਹੈ। ਕੀ ਇਸ ਦਾ ਸਟੇਟ ਦੇ ਰਾਜ ਪ੍ਰਬੰਧ ਅਤੇ ਵਿਕਾਸ ਦੇ ਕੰਮਾਂ 'ਤੇ ਅਸਰ ਪੈਂਦਾ ਹੈ? ਅਸੀਂ ਇਸ ਮਸਲੇ 'ਤੇ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ ਅਤੇ ਬਾਕੀ ਦਰਸ਼ਕਾਂ ਦੇ ਨਾਲ ਸਾਂਝੇ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਨਵੇਂ ਜੁੜੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਕ ਸ਼ਾਮੀ 8:30 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੇ। ਇਸ ਸ਼ੋਅ ਦੇ ਕੁਝ ਰਿਪੀਟ ਸ਼ੋਅ ਵੀ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਇਨਫੈਕਟ ਦਿਨ ਦੇ ਵਿੱਚ ਦੇਖ ਸਕਦੇ ਜੇ, ਪਰ ਉਹਦੇ ਤੁਸੀਂ ਸਵਾਲ ਜਵਾਬ ਨਹੀਂ ਕਰ ਸਕਦੇ। ਜੇ ਤੁਸੀਂ ਪੁਰਾਣੀ ਰਿਕਾਰਡਿੰਗ ਤੁਸੀਂ ਸੁਣਨੀ ਚਾਹੁੰਦੇ ਜੇ ਤਾਂ ਉਹ ਸਾਰੇ ਜਿਹੜੇ ਸ਼ੋਅ ਆ ਉਹ ਯੂਟਿਊਬ 'ਤੇ ਉਪਲਬਧ ਨੇ। ਹੁਣ ਅੱਜ ਦਾ ਮਸਲਾ, ਮੰਗਲਵਾਰ ਨੂੰ ਅੰਮ੍ਰਿਤਸਰ ਦੇ ਖਾਲਸਾ ਕਾਲਜ 'ਚ ਕਨਵੋਕੇਸ਼ਨ ਦੌਰਾਨ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਇਹੋ ਜਿਹੀ ਟਿੱਪਣੀ ਕੀਤੀ ਹੈ ਜਿਸ ਕਰਕੇ ਸਿਆਸਤ 'ਚ ਪਰਿਵਾਰਵਾਦ ਯਾਨੀ ਡਾਇਨੈਸਟਿਕ ਪੋਲੀਟਿਕਸ ਉੱਪਰ ਡਿਬੇਟ ਮੁੜ ਤੋਂ ਛਿੜ ਗਈ ਹੈ। ਮਸਲਾ ਕੁਝ ਇੰਜ ਹੋਇਆ, ਕਾਲਜ ਦੇ ਗਵਰਨਿੰਗ ਕੌਂਸਲ ਦੇ ਚੇਅਰਮੈਨ ਸੱਤਿਆਜੀਤ ਮਜੀਠੀਆ, ਜੋ ਬਾਦਲ ਸਾਹਿਬ ਦੇ ਰਿਸ਼ਤੇ 'ਚ ਕੁੜਮ ਲੱਗਦੇ ਨੇ, ਉਹਨਾਂ ਨੇ ਮੁੱਖ ਮੰਤਰੀ ਤੋਂ ਕਾਲਜ ਵਾਸਤੇ ਮਾਲੀ ਸਹਾਇਤਾ ਦੀ ਮੰਗ ਕੀਤੀ। ਬਾਦਲ ਸਾਹਿਬ ਨੇ ਇਸ ਦੇ ਜਵਾਬ 'ਚ ਉਹਨਾਂ ਨੂੰ ਯਾਦ ਕਰਵਾਇਆ ਕਿ ਉਹਨਾਂ ਦੇ ਯਾਨੀ ਸੱਤਿਆਜੀਤ ਮਜੀਠੀਆ ਦੇ ਬੇਟੇ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ 'ਚ ਮੰਤਰੀ ਬਣਾਇਆ ਹੋਇਆ ਹੈ, ਉਹਨਾਂ ਦੀ ਬੇਟੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ 'ਚ ਮੰਤਰੀ ਬਣਵਾਇਆ। ਬਾਦਲ ਸਾਹਿਬ ਨੇ ਇਹ ਵੀ ਕਿਹਾ ਕਿ ਸੱਤਿਆਜੀਤ ਮਜੀਠੀਆ ਦੇ ਜਵਾਈ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਇਆ ਹੋਇਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮਜੀਠੀਆ ਪਰਿਵਾਰ ਇਸ ਵੇਲੇ ਸਭ ਤੋਂ ਤਾਕਤਵਰ ਪਰਿਵਾਰ ਹੈ ਅਤੇ ਹਾਲੇ ਵੀ ਤੁਸੀਂ ਹੋਰ ਮੰਗਾਂ ਵੀ ਕਰ ਰਹੇ ਜੀ। ਬਾਦਲ ਸਾਹਿਬ ਦੀ ਇਸ ਗੱਲ 'ਤੇ ਉੱਥੇ ਹਾਸਾ ਪੈ ਗਿਆ, ਪਰ ਉੱਥੇ ਮੌਜੂਦ ਲੋਕਾਂ ਨੇ ਦੇਖਿਆ ਕਿ ਮਜੀਠੀਆ ਪਰਿਵਾਰ ਇਹ ਸਭ ਕੁਝ ਸੁਣ ਕੇ ਕੁਝ ਹੈਰਾਨ ਜਿਹਾ ਹੋ ਗਿਆ ਸੀ। ਬਾਦਲ ਸਾਹਿਬ ਸ਼ਾਇਦ ਭੁੱਲ ਗਏ ਕਿ ਜੋ ਬਾਦਲ ਸਾਹਿਬ ਨੇ ਕਿਹਾ ਉਹ ਸਾਰੀਆਂ ਗੱਲਾਂ ਮਜੀਠੀਆ ਪਰਿਵਾਰ ਦੇ ਨਾਲ ਨਾਲ ਉਹਨਾਂ ਦੇ ਆਪਣੇ ਪਰਿਵਾਰ ਉੱਤੇ ਸ਼ਾਇਦ ਜ਼ਿਆਦਾ ਟੁੱਕਦੀਆਂ ਨੇ। ਬਾਦਲ ਸਾਹਿਬ ਦਾ ਆਪਣਾ ਜਵਾਈ ਇਹ ਸਾਰੇ ਤਾਂ ਹੈ ਹੀ ਆ, ਉਹਨਾਂ ਦਾ ਜਿਹੜਾ ਜਵਾਈ ਆ ਦੇਸ਼ ਪ੍ਰਤਾਪ ਕਹਿਰੋਂ ਵੀ ਪੰਜਾਬ 'ਚ ਮੰਤਰੀ ਨੇ। ਬਾਦਲ ਸਾਹਿਬ ਦਾ ਇਹ ਸਭ ਕਹਿ ਕੇ ਕੀ ਇਸ਼ਾਰਾ ਸੀ, ਇਸ ਬਾਰੇ ਕਹਿਣਾ ਤਾਂ ਮੁਸ਼ਕਲ ਹੈ, ਮੀਡੀਆ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੀਆਂ ਅਟਕਲਾਂ ਲੱਗ ਰਹੀਆਂ। ਲੇਕਿਨ ਵਿਰੋਧੀ ਧਿਰਾਂ ਨੂੰ ਬਾਦਲ, ਮਜੀਠੀਆ, ਕੈਰੋਂ ਇਹਨਾਂ ਪਰਿਵਾਰਾਂ ਉੱਤੇ ਸਿਆਸੀ ਹਮਲੇ ਕਰਨ ਦਾ ਇੱਕ ਮੌਕਾ ਜਿਹੜਾ ਵਾ ਉਹ ਜ਼ਰੂਰ ਮਿਲ ਗਿਆ ਵਾ। ਇਹ ਤਿੰਨੇ ਪਰਿਵਾਰ, ਬਾਦਲ, ਕੈਰੋਂ ਅਤੇ ਮਜੀਠੀਆ ਪਰਿਵਾਰ ਜਿਹੜੇ ਆ, ਇਹ ਰਾਜ ਦੇ ਜਿਹੜੇ 1/3 ਮਹਿਕਮੇ ਆ ਉਹ ਇਸ ਵੇਲੇ ਸੰਭਾਲੀ ਬੈਠੇ ਆ। ਇਸ ਗੱਲ ਦੀ ਸਮੇਂ ਸਮੇਂ 'ਤੇ ਮੀਡੀਆ ਦੇ ਵਿੱਚ ਆਲੋਚਨਾ ਵੀ ਹੁੰਦੀ ਹੈ, ਜਾਂ ਵਿਰੋਧੀ ਧਿਰ ਵੀ ਇਸ ਬਾਰੇ ਗੱਲ ਕਰਦੇ ਰਹੇ ਆ। ਇਸ ਨਾਲ ਕਈ ਸਵਾਲ ਉੱਠਦੇ ਨੇ। ਸਹੀ ਲੋਕਤੰਤਰ ਕਿਹਾ ਜਾਂਦਾ ਵਾ ਵੀ ਲੋਕਾਂ ਪ੍ਰਤੀ, ਲੋਕਾਂ ਦਾ ਅਤੇ ਲੋਕਾਂ ਵਾਸਤੇ ਹੁੰਦਾ, ਕੀ ਪਰਿਵਾਰਵਾਦ ਕਰਕੇ ਸਹੀ ਲੋਕਤੰਤਰ ਨੂੰ ਨੁਕਸਾਨ ਹੁੰਦਾ? ਜੇ ਹਾਂ ਤਾਂ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ, ਰੋਕਿਆ ਜਾ ਸਕਦਾ ਵੀ ਹੈ ਕਿ ਨਹੀਂ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ। ਪਰਿਵਾਰਵਾਦ ਵਾਸਤੇ ਸਿਰਫ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੋਵੇਗਾ, ਕਰੀਬ ਕਰੀਬ ਸਾਰੀਆਂ ਹੀ ਪਾਰਟੀਆਂ ਇਸ ਦਾ ਸ਼ਿਕਾਰ ਨੇ। ਕੁਝ ਸਾਡੇ ਨਾਲ ਸੱਜਣ ਆਲਰੇਡੀ, ਦਰਸ਼ਕ ਜਿਹੜੇ ਆਲਰੇਡੀ ਜੁੜ ਗਏ ਆ, ਦੇਖਦੇ ਆ ਉਹਨਾਂ ਦਾ ਇਸ 'ਤੇ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਬੀਰ ਅਟਵਾਲ ਬੋਲ ਰਿਹਾ। ਹਾਂਜੀ ਹਾਂਜੀ ਸੁਖਬੀਰ ਜੀ, ਮੈਨੂੰ ਤੁਹਾਡੀ ਈਮੇਲ ਵੀ ਮਿਲੀ ਹੈ ਇਸੇ ਮਸਲੇ 'ਤੇ। ਹਾਂਜੀ, ਉਸ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਸੀ ਕਿ ਜਿਵੇਂ ਤੁਸੀਂ ਪੁਆਇੰਟ ਆਊਟ ਕੀਤਾ ਜੀ,
ਕਿ ਜਿਹੜੀ ਚੰਗੀ ਆਜ਼ਾਦੀ ਸੀਗੀ ਜੀ ਇਹ ਖਾਲੀ ਅੰਗਰੇਜ਼ਾਂ ਤੋਂ ਆਜ਼ਾਦੀ ਨਹੀਂ ਸੀਗੀ ਜੀ, ਪਰ ਡੈਮੋਕ੍ਰੇਸੀ ਵਾਸਤੇ ਸੀਗਾ। ਰਾਈਟ, ਜੇ ਦੇਖਿਆ ਜਾਏ ਤੇ ਪੰਜਾਬ ਦੀਆਂ ਜਿਹੜੀਆਂ ਰਿਆਸਤਾਂ ਸੀਗੀਆਂ ਜੀ ਉੱਥੇ ਵੀ ਰਿਆਸਤਾਂ ਦੇ ਵਿੱਚ ਵੀ ਇਹ ਸੰਘਰਸ਼ ਚੱਲ ਰਿਹਾ ਸੀਗਾ ਜੀ ਕਿ ਰਾਜਾਂ ਤੋਂ ਆਜ਼ਾਦੀ ਲਈ ਜਾਏ। ਰਾਈਟ, ਤੇ ਪਰ ਹੁਣ ਹੁਣ ਥੋੜੇ ਸਾਲਾਂ ਤੇ ਦੇਖਦੇ ਹੈਗੇ ਆ ਕਿ ਕੰਪਲੀਟ ਰਾਜਵਾਦ ਆ ਗਿਆ, ਡੈਮੋਕ੍ਰੇਸੀ ਦਾ ਕੋਈ ਨਾਂ ਨਿਸ਼ਾਨ ਨਹੀਂ ਦਿਖਾਈ ਦਿੰਦਾ ਜੀ, ਭਾਵੇਂ ਰਾਜਾ ਅਮਰਿੰਦਰ ਸਿੰਘ ਹੋਵੇ ਭਾਵੇਂ ਬਾਦਲ ਹੋਵੇ ਉਹ ਰਾਜ ਹੀ ਕਰਦੇ ਹੈਗੇ ਆ। ਬਿਲਕੁਲ ਸੁਖਬੀਰ ਅਤਵਾਲ ਜੀ, ਮੈਨੂੰ ਤੁਹਾਡੀ ਕੱਲ੍ਹ ਈਮੇਲ ਦੀ ਗੱਲ ਹਾਲੇ ਵੀ ਯਾਦ ਹੈ, ਤੁਸੀਂ ਉੱਥੇ ਕਿਹਾ ਵੀ ਦੀਵੇ ਥੱਲੇ ਹਨੇਰਾ ਵਾ, ਬਾਦਲ ਸਾਹਿਬ ਇਹ ਸਭ ਕੁਛ ਮਜੀਠੀਏ ਪਰਿਵਾਰ ਨੂੰ ਕਹਿ ਕੇ ਆਪ ਵੀ ਕਬੂਲ ਕਰ ਗਏ ਕਿ ਉਹਨਾਂ ਦਾ ਆਪਣਾ ਵੀ ਇੱਕ ਤਰੀਕੇ ਦਾ ਪਰਿਵਾਰਵਾਰ ਜਿਹੜਾ ਵਾ ਉਹ ਰਾਜ ਦੇ ਵਿੱਚ ਪ੍ਰਮੁੱਖ ਆ। ਸੁਖਬੀਰ ਅਤਵਾਲ, ਕੁਛ ਹੋਰ ਵੀ ਕਹਿਣਾ ਚਾਹੁੰਦੇ ਜੇ? ਹਾਂਜੀ, ਕੁਛ ਹੋਰ ਵੀ ਕਹਿਣਾ ਚਾਹੁੰਦੇ? ਮੈਂ ਕਿਹਾ ਹਾਲੇ ਨਹੀਂ। ਮਿਹਰਬਾਨੀ, ਥੈਂਕ ਯੂ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਆਪਣਾ ਟੀਵੀ ਦਾ ਵੋਲਿਊਮ ਹੌਲੀ ਕਰਕੇ ਤੁਸੀਂ ਔਨ 에ਅਰ ਜੇ ਆਪਣੀ ਗੱਲ ਕਰੋ ਪੂਰੀ, ਪਲੀਜ਼। ਠੀਕ ਹੈ ਸਰ, ਹੈ ਨਾ ਬੰਦ ਹੌਲ ਸਰ। ਹਾਂਜੀ ਸਰ, ਥੋੜਾ ਉੱਚੀ ਬੋਲਿਓ ਜੀ। ਹਾਂਜੀ ਸਰ, ਮੈਂ ਆਪਣੇ ਕਲੰਬ ਸਾਹਿਬ ਤੋਂ ਸੁੱਚਾ ਸਿੰਘ ਬੋਲ ਰਿਹਾ ਜੀ। ਹਾਂ ਹਾਂ, ਇਹ ਆਪਣੇ ਜਿਹੜੇ ਅੱਜ ਦਾ ਮੁੱਦਾ ਤੁਸੀਂ ਬਹੁਤ ਵਧੀਆ ਲੈ ਕੇ ਆਏ ਆ, ਮਿਹਰਬਾਨੀ ਜੀ। ਹਾਂਜੀ, ਅਗਰ ਇਸ ਤਰ੍ਹਾਂ ਹੀ ਆਪਣੇ ਬਾਦਲ ਪਰਿਵਾਰ ਦਾ ਪ੍ਰੋਗਰਾਮ ਚੱਲਦਾ ਰਿਹਾ, ਆਪਣੇ ਕਜ਼ਨਾਂ ਨੂੰ ਰਿਸ਼ਤੇਦਾਰਾਂ ਨੂੰ ਮੰਤਰੀਆਂ ਸੌਂਪਦੇ ਰਹੇ, ਤੇ ਇੱਕ ਦਿਨ ਉਸ ਤਰ੍ਹਾਂ ਦਾ ਰਾਜ ਹੋ ਜਾਏਗਾ ਜਿਵੇਂ ਬਾਹਰਲੀਆਂ ਕੰਟਰੀਆਂ ਸਤਾ ਮੂਸੈਨ ਆਪਣੇ ਲੋਕਾਂ ਨੂੰ ਜਾ ਦੇ ਹੋਏਗਾ, ਦੈਨ ਉਸ ਤਰ੍ਹਾਂ ਦਾ ਰਾਜ ਹੋ ਜਾਏਗਾ ਪੰਜਾਬ ਦੇ ਵਿੱਚ। ਬਿਲਕੁਲ, ਪੁਰਾਣੇ ਜ਼ਮਾਨੇ 'ਚ ਜਦੋਂ ਰਾਜਾਂ ਦਾ ਰਾਜ ਹੁੰਦਾ ਸੀਗਾ ਤੇ ਜੇ ਉਹਨਾਂ ਦੀਆਂ 5 ਥਾਵਾਂ ਸੀਗੀਆਂ ਤੇ ਉਹ 5 ਥਾਵਾਂ ਤੇ 5 ਵੱਖਰੇ ਰਿਸ਼ਤੇਦਾਰ ਜਿਹੜੇ ਆ ਉਹਨਾਂ ਨੂੰ ਉੱਥੇ ਪ੍ਰਮੁੱਖ ਲਾ ਦਿੰਦੇ ਸੀਗੇ। ਸੋ ਕਰੀਬ ਕਰੀਬ ਇਹੋ ਹੀ ਹੋ ਰਿਹਾ ਵਾ। ਅਸੀਂ ਜਿਹੜੀ ਗਿਣਤੀ ਗਣਾਈ ਆ ਵੀ ਆਹ ਬੰਦੇ ਇਹਦੇ ਵਿੱਚ ਸੱਤਾ ਦੇ ਵਿੱਚ ਨੇ, ਇਹਨਾਂ ਦੇ ਅਹੁਦੇ ਆ ਇਹਨਾਂ ਦੇ, ਉਹਦੇ 'ਚ ਅਸੀਂ ਕਜ਼ਨ ਹੋਰ ਰਿਸ਼ਤੇਦਾਰ ਦੂਰੋਂ ਦੂਰੋਂ ਦੇ ਉਹਨਾਂ ਦੀ ਹਾਲੇ ਅਸੀਂ ਗੱਲ ਹੀ ਨਹੀਂ ਕੀਤੀ। ਇਹ ਤਾਂ ਵਰਚੁਅਲੀ ਜਿਹੜੇ ਇਮੀਡੀਏਟ ਰਿਲੇਟਿਵਸ ਆ ਸਿਰਫ ਉਹਨਾਂ ਦੀ ਹੀ ਗੱਲ ਕੀਤੀ ਆ। ਬਹੁਤ ਮਿਹਰਬਾਨੀ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਸੰਦੀਪ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਝੂਠੀ ਬੋਲਦਾ ਜੁਗਾ ਜੀ। ਹਾਂਜੀ ਹਾਂਜੀ, ਝੂਠੀ ਜੀ, ਦੱਸੋ ਇਸ ਮਸਲੇ ਤੇ ਤੁਹਾਡਾ ਕੀ ਵਿਚਾਰ ਆ? ਸੰਧੂ ਸਾਹਿਬ, ਦੇਖੋ ਪਹਿਲੇ ਪਰਿਵਾਰਵਾਦ ਦੇਖੋ, ਜਿੱਦਾਂ ਪਹਿਲੇ ਨਹਿਰੂ ਨੇ ਚਲਾਇਆ ਸੀ ਤੇ ਪਰਿਵਾਰਵਾਦ ਕੁਛ ਦੇ ਚੱਲਦਾ ਰਿਹਾ ਤੇ ਪ੍ਰੋਪਰਟੀ ਵਗੈਰਾ ਬਥੇਰਾ ਉਹ ਇਕੱਠੀ ਵੀ ਕਰੀ ਜਾਂਦੇ ਹੁੰਦੇ ਆ ਜੀ, ਤੇ ਅਖੀਰ ਤੇ ਇੱਕ ਤਾਂ ਡੈਮੋਕ੍ਰੇਸੀ ਨੂੰ ਬੜਾ ਨੁਕਸਾਨ ਹੁੰਦਾ ਤੇ ਲੋਕੀ ਜਾਗਰਤ ਹੋ ਜਾਂਦੇ। ਦੇਖੋ ਹੌਲੀ ਹੌਲੀ ਕਾਂਗਰਸ ਦਾ ਡਾਊਨਫਲ ਆ ਗਿਆ ਸੈਂਟਰ ਦੇ ਵਿੱਚ, ਉਹ ਪਰਿਵਾਰਵਾਦ ਕਰਕੇ ਆਇਆ। ਕੋਈ ਸਾਹਿਬ ਸੰਧੂ ਸਾਹਿਬ ਪੰਜਾਬ ਦੇ ਵਿੱਚ ਹੁਣ ਬਾਦਲ ਸਾਹਿਬ ਕਰਦੇ ਪਏ ਆ, ਦੇਖੋ ਹਰ ਇੱਕ ਮਹਿਕਮਾ ਆਪਣੇ ਪਰਿਵਾਰ ਕੋਲ ਹੀ ਰੱਖਿਆ ਆ, ਇਹਨਾਂ ਨੇ ਵੀ ਉਹੀ ਕੰਮ ਕੀਤਾ। ਲੋਕੀ ਜਾਗਰੂਕ ਹੋ ਗਏ, ਕੋਈ ਲੋਕਾਂ ਦਾ ਕੁਛ ਨੀ ਕਰ ਸਕਦੇ, ਜਦੋਂ ਪਰਿਵਾਰ ਅੱਗੇ ਆ ਜਾਂਦਾ ਸਭ ਕੁਛ ਆਪਣੇ ਵਾਸਤੇ ਕਰਦੇ ਹੁੰਦੇ ਆ, ਉਹਦਾ ਰਿਜ਼ਲਟ ਇਹ ਹੁੰਦਾ ਵੀ ਲੋਕਾਂ ਨੂੰ ਬਹੁਤ ਨੁਕਸਾਨ ਹੋਣ ਲੱਗ ਪੈਂਦਾ। ਹੌਲੀ ਹੌਲੀ ਲੋਕੀ ਸਮਝਦੇ ਹੁੰਦੇ ਆ ਤੇ ਹੁਣ ਇੱਥੇ ਵੀ ਬਾਦਲ ਸਾਹਿਬ ਦਾ ਡਾਊਨਫਾਲ ਆ ਗਿਆ। ਹੁਣ ਐਵੇਂ ਐਵੇਂ ਇੱਧਰ ਉੱਧਰ ਨੱਠਲ ਨੱਠ ਭੱਜਦੇ ਪਏ ਆ, ਗੱਲਾਂ ਕਰਦੇ ਪਏ, ਇਹਨਾਂ ਨੇ ਕਾਮਯਾਬ ਨਹੀਂ ਹੋਣਾ ਹੁਣ 2017 ਦੇ ਵਿੱਚ। ਇਹ ਠੀਕ ਹੈ ਤੁਹਾਡੀ ਗੱਲ ਝੂਠੀ ਜੀ, ਠੀਕ ਹੈ ਗੱਲ ਕਿ ਇਨਰ ਪਾਰਟੀ ਲੋਕਤੰਤਰ ਜੇ ਨਾ ਹੋਵੇ, ਪਾਰਟੀ ਦੇ ਵਿੱਚ ਲੋਕਤੰਤਰ ਨਾ ਹੋਵੇ ਤਾਂ ਇੱਕ ਸਮਾਂ ਜ਼ਰੂਰ ਆ ਜਾਂਦਾ ਵਾ ਜਦੋਂ ਪਾਰਟੀ ਜਿਹੜੀ ਆ ਉਹਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ। ਸਹੀ ਕਿਹਾ ਤੁਸੀਂ ਕਿ ਦਿੱਲੀ ਦੇ ਵਿੱਚ ਜਿਹੜਾ ਹਾਈਕਮਾਂਡ ਸੀਗਾ, ਹਾਈਕਮਾਂਡ ਕਲਚਰ ਘੱਟ ਸੀਗਾ, ਬੇਸਿਕਲੀ ਪਰਿਵਾਰ ਦਾ ਕਲਚਰ ਸੀਗਾ ਉੱਥੇ। ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਇੰਦਰਾ
ਇੰਦਰਾ ਗਾਂਧੀ ਤੋਂ ਬਾਅਦ ਉਹਨਾਂ ਦਾ ਇੱਕ ਬੇਟਾ ਪਹਿਲਾਂ ਸੰਜੇ ਗਾਂਧੀ ਸਾਹਮਣੇ ਆ ਰਿਹਾ ਸੀ ਉਹਨਾਂ ਦੇ ਦੌਰਾਨ, ਉਸ ਤੋਂ ਬਾਅਦ ਰਾਜੀਵ ਗਾਂਧੀ, ਹੁਣ ਉਹਨਾਂ ਦੀ ਜਿਹੜੀ ਵਿਧਵਾ ਵਾ ਸੋਨੀਆ ਗਾਂਧੀ, ਬੇਟਾ ਰਾਹੁਲ ਗਾਂਧੀ। ਸੋ ਇੱਕ ਤਰੀਕੇ ਦਾ ਪਰਿਵਾਰਵਾਦ ਹੀ ਪਾਰਟੀਸ਼ਨ ਤੋਂ ਪਹਿਲਾਂ ਤੋਂ ਚੱਲਿਆ ਆ ਰਿਹਾ ਵਾ, ਔਰ ਇਸ ਚੀਜ਼ ਦਾ ਹੌਲੀ ਹੌਲੀ ਪਾਰਟੀ ਜਿਹੜੀ ਆ ਉਹਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ। ਔਰ ਆਪਾਂ ਵੇਖ ਹੀ ਲਿਆ ਵੀ ਕਾਂਗਰਸ ਦੀ ਇਸ ਵੇਲੇ ਕੀ ਹਾਲਤ ਹੈ, ਫਿਰ ਲੋਕ ਬੋਲਣਾ ਵੀ ਖਿਲਾਫ਼, ਜਿਹੜਾ ਜੋ ਇਹ ਹੋ ਰਿਹਾ ਹੁੰਦਾ ਉਹਦੇ ਖਿਲਾਫ਼ ਬੋਲਣਾ ਲੋਕ ਬੰਦ ਕਰ ਦਿੰਦੇ ਆ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕਰਮ ਸਿੰਘ ਸੰਘਾ ਬੋਲ ਰਿਹਾ ਜੀ ਫਰੀਦਨਾ ਤੋਂ। ਹਾਂਜੀ ਹਾਂਜੀ ਸੰਘਾ ਜੀ, ਬੜੇ ਦਿਨਾਂ ਬਾਅਦ ਕਾਲ ਕੀਤੀ ਤੁਸੀਂ। ਮੈਂ ਕਿਹਾ ਆਪਾਂ ਦੂਜੇ ਲੋਕਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਬੋਲਣ। ਬਿਲਕੁਲ ਬਿਲਕੁਲ ਠੀਕ ਹੈ। ਤੁਹਾਡੇ ਕੋਲ ਤਾਂ ਮੇਰੇ ਖਿਆਲ ਕਾਂਗਰਸ ਅਕਾਲੀ ਲੀਡਰ ਵੀ ਹੋ ਕੇ ਗਏ ਆ ਤੁਹਾਡੇ ਫਰੀਦਨੋ ਏਰੀਆ ਦੇ ਵਿੱਚ। ਬੜੇ ਆਏ ਹੋਏ ਜੀ ਇੱਥੇ, ਚਲੋ ਉਹਨਾਂ ਦੀ ਗੱਲ ਤਾਂ ਬਾਅਦ 'ਚ ਕਰਦੇ, ਪਰ ਬਾਦਲ ਸਾਹਿਬ ਤਾਂ ਸੱਚ ਭੁੱਲ ਗਏ। ਹਾਂਜੀ, ਜਿਹੜੀ ਤੁਸੀਂ ਉਹਨਾਂ ਦੀ ਗੱਲ ਕੀਤੀ ਹੈ ਨਾ ਵੀ ਕਿਹੜੇ ਕਿਹੜੇ ਅਹੁਦੇ ਦਿੱਤੇ ਹੈ, ਉਹਦੇ ਹਿਸਾਬ ਨਾਲ ਜਾਂ ਤਾਂ ਵੀ ਪਹਿਲਾਂ ਝੂਠ ਵਾਲੇ ਬੋਲਦੇ ਰਹੇ, ਹੁਣ ਸੱਚ ਨਿਕਲਣ ਲੱਗ ਗਏ ਮੂਹਰੋਂ, ਸ਼ਾਇਦ ਸਾਨੂੰ ਹੋਰ ਵੀ ਡੰਗਣ ਜੀ। ਅਤੇ ਉਹ ਸਹੀ ਭੁੱਲ ਗਏ ਵੀ ਆਪਦੇ ਪਰਿਵਾਰਾਂ 'ਚ ਹੀ ਵੰਡਿਆ ਹੈ, ਉਹ ਮਤਲਬ ਇਹ ਨਹੀਂ ਸੋਚੇ ਵੀ ਆਪਦੀ ਕੁੜੀ ਜਵਾਈ ਨੂੰ ਵੀ ਕੁਛ ਦਿੱਤਾ। ਬਿਲਕੁਲ, ਉਹ ਐਕਚੁਲੀ ਜੋ ਗੱਲਾਂ ਉਹਨਾਂ ਨੇ ਮਜੀਠੀਆ ਪਰਿਵਾਰ ਨੂੰ ਕਹੀਆਂ ਐਕਚੁਲੀ ਉਹਨਾਂ ਦੇ ਆਪਣੇ ਪਰਿਵਾਰ 'ਤੇ ਜ਼ਿਆਦਾ ਢੁੱਕਦੀਆਂ ਵਾ। ਢੁੱਕਦੀਆਂ ਹਾਂਜੀ, ਬਿਲਕੁਲ ਢੁੱਕਦੀਆਂ। ਬਾਕੀ ਪ੍ਰੋਗਰਾਮ ਤੁਹਾਡੇ ਬਹੁਤ ਸੋਹਣੇ ਹੁੰਦੇ ਆ, ਤੁਹਾਨੂੰ ਬਹੁਤ ਸਵਾਦ ਆਉਂਦਾ ਸਰ। ਮਿਹਰਬਾਨੀ ਮਿਹਰਬਾਨੀ ਸੰਘਾ ਜੀ, ਬਹੁਤ ਤੁਹਾਡੇ ਫੋਨ ਦਾ ਸਾਨੂੰ ਇਸੇ ਤਰ੍ਹਾਂ ਹੀ ਇੰਤਜ਼ਾਰ ਹੋਊਗਾ। ਇੱਕ ਹੋਰ ਸੱਜਣ ਇਸ ਵੇਲੇ ਸਾਡੇ ਨਾਲ, ਦੇਖਦੇ ਹਾਂ ਉਹਨਾਂ ਦਾ ਕੀ ਇਸ ਮਸਲੇ 'ਤੇ ਕੀ ਸੁਝਾਅ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ, ਗੁਰਚਰਨ ਬੋਲਦੇ। ਹਾਂਜੀ ਗੁਰਚਰਨ ਕੌਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਵੀ ਬੜੇ ਦਿਨਾਂ ਬਾਅਦ ਕਾਲ ਕੀਤੀ ਹੈ। ਹਾਂਜੀ ਹਾਂਜੀ ਵੀਰ ਜੀ, ਚਲੋ ਬਾਦਲ ਪਰਿਵਾਰ ਵੀ ਹੈਗਾ, ਪਰ ਦੂਜੇ ਜਿਹੜੇ ਕਾਂਗਰਸੀ ਲੀਡਰ ਆ ਜਾਂ ਸਭ 'ਚ ਹੀ ਪਰਿਵਾਰਵਾਦ ਭਰ ਰਹੀ ਆ। ਹੁਣ ਤੁਸੀਂ ਦੇਖੋ ਕੈਪਟਨ ਆ, ਉਹਨਾਂ ਦੀ ਵਾਈਫ ਆ ਜਿਹੜੀ ਉਹ ਵੀ ਐਮ ਪੀ ਸੀ, ਹੁਣ ਉਹ ਬੇਟੇ ਨੂੰ ਵੀ ਅੱਗੇ ਉਹਨਾਂ ਨੇ ਚੋਣ ਲੜਾਈ ਸੀ ਪਰ ਉਹ ਜਿੱਤਿਆ ਨਹੀਂ। ਉੱਧਰ ਢੀਂਡਸਾ ਦਾ ਮੁੰਡਾ ਵੀ, ਇਹ ਸਾਰਿਆਂ 'ਚ ਹੀ ਆਪਣੇ ਪਹਿਲਾਂ, ਉੱਧਰ ਸੋਨੀਆ ਗਾਂਧੀ ਦਾ ਮੁੰਡਾ, ਇਹ ਸਾਰੇ ਹੀ ਪਤਾ ਨਹੀਂ ਕੀ ਰਿਵਾਜ ਹੋਏ, ਸਾਰੇ ਹੀ ਪਰਿਵਾਰਵਾਦ 'ਚ ਫਸੇ ਹੋਏ ਆ। ਬਿਲਕੁਲ ਗੁਰਚਰਨ ਕੌਰ ਜੀ, ਮੈਂ ਬਾਕੀਆਂ 'ਤੇ ਹਲੇ ਆਉਣਾ ਹੀ ਸੀਗਾ ਔਰ ਤੁਸੀਂ ਆਪੇ ਹੀ ਗੱਲ ਕਰਤੀ ਆ। ਇਹ ਸਹੀ ਆ ਕਿ ਸਾਰੀਆਂ ਪਾਰਟੀਆਂ ਜਿਹੜੀਆਂ, ਕਰੀਬ ਕਰੀਬ ਸਾਰੀਆਂ ਪਾਰਟੀਆਂ ਜਿਹੜੀਆਂ, ਉਹ ਪਹਿਲਾਂ ਸੋਚਦੇ ਹੁੰਦੇ ਸੀ ਲੋਕ ਭਾਜਪਾ ਦੇ ਵਿੱਚ ਸ਼ਾਇਦ ਨਹੀਂ, ਪਰ ਉੱਥੇ ਵੀ ਤੁਸੀਂ ਵੇਖਿਆ ਹੀ ਆ ਕਿ ਸੁਸ਼ਮਾ ਸਵਰਾਜ, ਉਹਨਾਂ ਦੀ ਭੈਣ ਜਿਹੜੀ ਹੈ ਇੱਕ ਐੱਮ ਐੱਲ ਏ ਬਣੀ ਆ ਹਰਿਆਣਾ 'ਚ, ਉਹਨਾਂ ਨੂੰ ਵੀ ਕੋਈ ਅਹੁਦਾ ਜਿਹੜਾ ਪਿੱਛੇ ਜੇ ਦਿੱਤਾ ਗਿਆ ਵਾ। ਸੋ ਇਹ ਪਰਿਵਾਰਵਾਦ ਕਰੀਬ ਕਰੀਬ ਸਾਰੀਆਂ ਪਾਰਟੀਆਂ ਦੇ ਵਿੱਚ ਆ। ਗੁਰਚਰਨ ਕੌਰ ਜੀ ਬਹੁਤ ਬਹੁਤ ਧੰਨਵਾਦ। ਜਿਵੇਂ ਗੁਰਚਰਨ ਕੌਰ ਨੇ ਕਿਹਾ, ਮੈਂ ਇਹ ਵੀ ਦੱਸ ਦੇਵਾਂ ਕਿ ਹੌਲੀ ਹੌਲੀ ਬਾਕੀ ਪਾਰਟੀਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪਰਿਵਾਰਵਾਦ ਆ। ਕਾਂਗਰਸ ਦੇ ਪ੍ਰਮੁੱਖ ਨੇਤਾ ਜਿਵੇਂ ਉਹਨਾਂ ਨੇ ਹੁਣੇ ਕਿਹਾ ਵਾ, ਕੈਪਟਨ ਅਮਰਿੰਦਰ ਸਿੰਘ ਖੁਦ, ਉਹਨਾਂ ਦੀ ਪਤਨੀ ਪ੍ਰਨੀਤ ਕੌਰ ਔਰ ਭਰਾ ਵੀ ਮਾਲਵਿੰਦਰ ਸਿੰਘ ਅਤੇ ਬੇਟਾ ਰਣਿੰਦਰ ਸਿਆਸਤ 'ਚ ਇਸ ਵੇਲੇ ਸਰਗਰਮ ਨੇ। ਇਸੇ ਤਰ੍ਹਾਂ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਦਾ ਵੀ ਨਾਂ ਲਿਆ। ਇਸੇ ਤਰ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦਾ ਭਰਾ ਫਤਿਹ ਜੰਗ ਅਤੇ ਘਰੋਂ ਚਰਨਜੀਤ ਕੌਰ ਚੋਣਾਂ ਲੜਦੇ ਰਹੇ ਨੇ। ਇਸੇ ਤਰ੍ਹਾਂ ਰਜਿੰਦਰ ਕੌਰ ਪੱਠਲ ਨੇ ਅਤੇ ਉਹਨਾਂ ਦਾ ਪਰਿਵਾਰ ਜਿਹੜਾ ਵਾ ਸਿਆਸਤ 'ਚ ਸਰਗਰਮ ਹੈ। ਨਾਲ ਲੱਗਦੇ ਹਰਿਆਣਾ 'ਚ, ਉੱਥੇ ਤੁਸੀਂ ਪਤਾ ਹੀ ਆ ਤੁਹਾਨੂੰ, ਚੁਟਾਲਾ ਹੁੱਡਾ ਪਰਿਵਾਰ, ਸੁਰਜੇਵਾਲ ਪਰਿਵਾਰ, ਇਹ ਵੀ ਸਿਆਸਤ 'ਚ ਸਿਆਸਤ ਨੂੰ ਇਹਨਾਂ ਸਾਰਿਆਂ ਨੇ ਇੱਕ ਪ੍ਰੋਫੈਸ਼ਨ ਬਣਾ ਲਿਆ ਵਾ। ਇਹੋ ਹੀ ਹਾਲ ਜੇ ਐਂਡ ਕੇ ਦੇ ਵਿੱਚ ਹੈ, ਜਿੱਥੇ ਅਬਦੁੱਲਾ ਮੁਫਤੀ ਪਰਿਵਾਰ ਜਿਹੜੇ ਆ ਉਹ ਸਿਆਸਤ 'ਚ ਨੇ। ਹਿਮਾਚਲ 'ਚ ਵੀ ਵੀਰਭੱਦਰ ਸਿੰਘ ਲੈ ਲਓ, ਧੂਮਲ ਅਤੇ ਹੋਰ ਸਿਆਸੀ ਲੀਡਰ ਡਾਇਨੈਸਟਿਕ ਪੋਲੀਟਿਕਸ ਦੇ ਵਿੱਚ ਰੰਗੇ ਹੋਏ ਨੇ। ਦਿੱਲੀ, ਬਿਹਾਰ, ਯੂਪੀ, ਜਿੱਥੇ ਮਰਜ਼ੀ ਨਿਗਾਹ ਮਾਰ ਲਓ, ਉਹੋ ਹੀ ਹਾਲ ਹੈ ਹਰ ਪਾਸੇ। ਦਿੱਲੀ 'ਚ ਨਹਿਰੂ ਗਾਂਧੀ ਪਰਿਵਾਰ ਬਾਰੇ ਸ਼ਾਇਦ ਕੋਈ ਟਿੱਪਣੀ ਕਰਨ ਦੀ ਲੋੜ ਹੀ ਨਹੀਂ ਗੀ। ਕੁਝ ਹੋਰ ਵੀ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ। ਹੈਲੋ ਹੈਲੋ,
ਭਾਈ ਸਾਹਿਬ ਤੁਸੀਂ ਔਨ 에ਅਰ ਜੇ ਦੱਸੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ ਰੇਸ਼ਮ ਸਿੰਘ ਬੋਲ ਰਿਹਾ ਜੀ, ਬੇਕਰ ਸਟਰੀਟ ਤੋਂ। ਹਾਂਜੀ ਹਾਂਜੀ ਰੇਸ਼ਮ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਹਾਂਜੀ ਰੇਸ਼ਮ ਸਿੰਘ ਜੀ, ਆਪਣੀ ਗੱਲ ਕਰੋ। ਰੇਸ਼ਮ ਸਿੰਘ ਜੀ ਤੁਸੀਂ ਔਨ 에ਅਰ ਜੇ ਆਪਣੀ ਗੱਲ ਕਰੋ ਪਲੀਜ਼। ਹਾਂਜੀ ਠੀਕ ਜੀ, ਮੇਰਾ ਖਿਆਲ ਕਾਲ ਦੇ ਵਿੱਚ ਕੋਈ ਡਿਸਟਰਬੈਂਸ ਆ ਗਈ, ਰੇਸ਼ਮ ਸਿੰਘ ਦੀ ਗੱਲ ਸਾਨੂੰ ਸੁਣ ਨਹੀਂ ਰਹੀ। ਦੂਸਰੇ ਜਿਹੜੇ ਸੱਜਣ ਆ, ਦਰਸ਼ਕ ਆ, ਉਹਨਾਂ ਦੀ ਅਸੀਂ ਕਾਲ ਪੈਚ ਕਰਦੇ ਹਾਂ। ਹੈਲੋ ਹੈਲੋ ਹੈਲੋ, ਹਾਂਜੀ ਭਾਈ ਸਾਹਿਬ ਤੁਸੀਂ ਔਨ 에ਅਰ ਜੇ ਦੱਸੋ ਕੀ ਗੱਲ ਕਰਨੀ ਚਾਹੁੰਦੇ ਜੀ? ਸੰਧੂ ਸਾਹਿਬ ਬਹੁਤ ਵਧੀਆ, ਤੁਸੀਂ ਅੱਜ ਲਿਆਤਾ। ਹਾਂਜੀ ਹਾਂਜੀ ਪ੍ਰਗਟ ਜੀ, ਤੁਹਾਡੀ ਆਵਾਜ਼ ਕਿਉਂ ਨਹੀਂ ਆ ਰਹੀ ਅੱਜ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਮਹਾਰਾਜ ਇਹ ਆ, ਇੱਕ ਨਿਆਣੇ ਦੀ ਜਿਹੜੀ ਆਵਾਜ਼ ਹੁੰਦੀ ਉਹ ਵੀ ਸੱਚ ਹੁੰਦਾ, ਤੇ ਇੱਕ ਜਿਹੜਾ ਬਜ਼ੁਰਗ ਜਦੋਂ ਉਦ ਬੁੱਧ ਭੁੱਲ ਜੇ ਉਹ ਕਦੀ ਨਾ ਕਦੀ ਸੱਚ ਬੋਲ ਜਾਂਦਾ। ਹਾਂਜੀ ਹਾਂਜੀ, ਬਾਕੀ ਤੇ ਸਾਰਾ ਕੁਝ ਉਹ ਜਿਹੜੇ PhD ਹੁੰਦੇ ਉਹਨਾਂ ਆਰ ਕੀਤਾ ਹੁੰਦਾ ਮੋਟੋ ਵੀ ਕੀ ਪੜ੍ਹਨਾ ਕੀ ਨਹੀਂ ਪੜ੍ਹਨਾ ਜੀ। ਤੇ ਇਹ ਜਿਹੜਾ ਵਾ ਜਦੋਂ ਮਜੀਠੀਏ ਬਿਕਰਮਜੀਤ ਨੂੰ ਵਹਿੰਦੇ ਆ ਤੇ ਉਹਨਾਂ ਨੂੰ ਤੇਜ਼ ਹੀ ਚੜ੍ਹ ਜਾਂਦੀ ਹੈ ਵੀ ਇਹ ਮੇਰੇ ਰਾਜ ਭਾਗ ਚੋਂ ਹਿੱਸਾ ਵੰਡਾਈ ਜਾਂਦੇ ਆ ਤੇ ਬੇੜਾ ਗਰਕ ਕਰੀ ਜਾਂਦੇ, ਮੇਰਾ ਨਾਮ ਬਦਨਾਮ ਕਰਤਾ, ਮੈਂ ਤੇ ਬੜੇ ਰਾਮ ਤਲਬੀ ਨਾਲ ਕਮਾਈ ਕਰਦਾ ਹੈ, ਵਿੱਚੋਂ ਹਿੱਸਾ ਵੰਡਾ ਕੇ ਲਈ ਜਾਂਦੇ ਆ ਜੀ ਜੀ। ਤੇ ਉਹ ਤੇ ਤੁਸੀਂ ਸਾਰੇ ਇੰਡੀਆ ਦਾ ਲਾ ਲਓ ਜੀ, ਪਰਿਵਾਰਵਾਦ ਚੱਲੀ ਜਾਂਦਾ, ਕੋਈ ਗੱਲ ਨੀ। ਡਾਕਟਰ ਦੇ ਮੁੰਡੇ ਨੇ ਡਾਕਟਰ, ਵਕੀਲ ਦੇ ਮੁੰਡੇ ਵਕੀਲ, ਹੱਟੀ ਵਾਲੇ ਦੇ ਨੇ ਹੱਟੀ, ਜੱਟ ਨੇ ਵਾਹੀ ਕਰਨੀ ਹੁੰਦੀ ਆ। ਪਰ ਮਸਲਾ ਇੱਥੇ ਆਣ ਕੇ ਆ ਜਾਂਦਾ ਜੀ, ਜਿਹੜਾ ਲੁੱਟ ਖਸੁੱਟ ਜ਼ਿਆਦਾ ਮਚਾਤੀ ਆ। ਸ਼ਾਇਦ ਠੀਕ ਹੈ ਗੱਲ ਤੇਰੀ ਪ੍ਰਗਟ ਜੀ, ਕਿ ਇਹ ਲਗਾਤਾਰ ਹੁਣ ਤੱਕ ਪਾਰਟੀਸ਼ਨ ਤੋਂ ਬਾਅਦ, ਪਾਰਟੀਸ਼ਨ ਤੋਂ ਪਹਿਲਾਂ ਇਹ ਹੁੰਦਾ ਆ ਰਿਹਾ ਵਾ, ਲੇਕਿਨ ਪਹਿਲਾਂ ਤੱਕ ਇੰਨਾ ਰੌਲਾ ਨਹੀਂ ਸੀ ਪਿਆ, ਔਰ ਹੁਣ ਜਦੋਂ ਜ਼ਿਆਦਾ ਪਰਿਵਾਰਵਾਰ ਇੱਕ ਤਾਂ ਵੱਧ ਗਿਆ ਅਤੇ ਇੱਕ ਲੁੱਟ ਖਸੁੱਟ ਜਿਹੜੀ ਆ ਉਹ ਬਹੁਤ ਵੱਧ ਗਈ ਆ, ਅਤੇ ਸ਼ਾਇਦ ਇਸੇ ਕਰਕੇ ਇਹਦੀਆਂ ਗੱਲਾਂ ਹੋਣ ਲੱਗ ਪਈਆਂ ਵਾ। ਇਨਫੈਕਟ ਜੇ ਇਹ ਆਰਾਮ ਨਾਲ ਚੱਲਦੇ, ਜੇ ਬਾਕੀ ਆਪਣਾ ਜਿੰਨੇ ਵੀ ਅਹੁਦੇ ਆ ਉਹ ਲੋਕਾਂ 'ਚ ਵੀ ਆਪਣੇ ਬਾਕੀ ਸਿਆਸੀ ਲੀਡਰਾਂ 'ਚ ਵੰਡਦੇ ਤਾਂ ਸ਼ਾਇਦ ਇੰਨਾ ਰੌਲਾ ਨਹੀਂ ਸੀ ਪੈਣਾ। ਪ੍ਰਗਟ ਜੀ ਬਹੁਤ ਬਹੁਤ ਧੰਨਵਾਦ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਇਸ ਮਸਲੇ 'ਤੇ ਕੀ ਸੁਝਾਅ ਹੈ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਬੇਨਤੀ ਕਰਦਾ ਬਈ ਕੁਆਲਿਟੀ ਚਾਹੀਦੀ ਹੈ, ਕੁਆਲਿਟੀ ਪਰਿਵਾਰ 'ਚੋਂ ਇੱਕੋ ਬੰਦਾ ਚਾਹੀਦਾ। ਬਿਲਕੁਲ ਕੁਆਲਿਟੀ ਚਾਹੀਦੀ ਜੀ, ਔਰ ਕੁਆਲਿਟੀ ਤਦ ਹੀ ਆ ਸਕਦੀ ਹੈ ਜੇ ਪਰਿਵਾਰ, ਹਰ ਪਰਿਵਾਰ 'ਚੋਂ ਜਿੰਨੇ ਵੀ ਸਿਆਸਤ 'ਚ ਨੇ ਉਹਨਾਂ ਦਾ ਇੱਕ ਅੱਧਾ ਬੰਦਾ ਹੀ ਹੋਵੇ। ਕੌਣ ਬੋਲ ਰਹੇ ਤੁਸੀਂ ਜੀ? ਹਾਂਜੀ ਮੈਂ ਆਰਜ ਸਿੰਘ ਬੋਲਦਾ ਬਲੇਹੋਂ ਤੇ। ਤੇ ਦੂਜੀ ਗੱਲ ਇਹ ਹੈ ਵੀ ਬਹੁਤ ਹੋਨੈਸਟ ਬੰਦੇ ਹੋਰ ਵੀ ਹੈਗੇ ਜਿਨ੍ਹਾਂ ਨੂੰ ਕਦੇ ਟਿਕਟੇ ਨਹੀਂ ਮਿਲਦਾ ਜੀ। ਉਹ ਇਸ ਕਰਕੇ ਆ ਭਾਈ ਸਾਹਿਬ ਕਿਉਂਕਿ ਸਿਆਸਤ ਦੇ ਵਿੱਚ ਲੋਕਤੰਤਰ ਹੈ ਨਹੀਂ ਗਾ, ਪਾਰਟੀਆਂ ਦੇ ਵਿੱਚ ਲੋਕਤੰਤਰ ਹੈ ਨਹੀਂ ਗਾ। ਜਿਹਦਾ ਕੋਈ ਰਸੂਕ ਹੁੰਦਾ ਵਾ, ਜਿਹਦੀ ਕੋਈ ਸਿਫਾਰਿਸ਼ ਹੁੰਦੀ ਆ, ਉਹਨਾਂ ਦੇ ਬੰਦੇ ਜਿਹੜੇ ਅੱਗੇ ਆ ਜਾਂਦੇ ਆ, ਅਤੇ ਜਿਹੜੇ ਬੰਦੇ ਅਸਲੀ ਗਰਾਊਂਡ ਲੈਵਲ 'ਤੇ ਕੰਮ ਕਰਦੇ ਆ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ। ਬੇਨਤੀ ਕਰਾਂ ਵੀ ਕੁਆਲੀਫਿਕੇਸ਼ਨ ਵੀ ਚਾਹੀਦੀ ਹੈ, ਜਿਵੇਂ MP ਦੀ ਕੁਆਲੀਫਿਕੇਸ਼ਨ ਕੀਤੀ ਹੋਈ ਹੈ ਨਾ ਜੀ, ਇਸ ਤਰ੍ਹਾਂ ਹੀ MLA ਦੀ ਵੀ ਕੁਆਲੀਫਿਕੇਸ਼ਨ ਚਾਹੀਦੀ ਹੈ ਕੋਈ ਨਾ ਕੋਈ। ਨਹੀਂ ਜਿਵੇਂ MP ਦੀ ਕੁਆਲੀਫਿਕੇਸ਼ਨ ਹੈ ਜੀ, ਉਸੇ ਤਰ੍ਹਾਂ MLA ਦੀ ਵੀ ਹੈ, ਏਜ ਕੁਆਲੀਫਿਕੇਸ਼ਨ ਹੈ, ਹੋਰ ਤਾਂ ਕੋਈ ਕੁਆਲੀਫਿਕੇਸ਼ਨ ਨਹੀਂ ਗੀ। ਆਹੋ ਸਟੱਡੀ ਦੀ ਵੀ ਚਾਹੀਦੀ ਹੈ ਜੀ, ਕਈ ਪੜ੍ਹੇ ਲਿਖੇ ਬੰਦੇ ਸਟੱਡੀ ਦੀ ਹੈ, ਨਾ MP ਦੀ ਹੈ ਜੀ ਅਤੇ ਨਾ MLA ਦੀ ਆ, ਸਿਰਫ ਏਜ ਦੀ ਕੁਆਲੀਫਿਕੇਸ਼ਨ, ਏਜ ਦੀ ਇੱਕ ਲਿਮਿਟ ਜ਼ਰੂਰ ਹੈ। ਇਨਫੈਕਟ ਕਿਸੇ ਦਿਨ ਆਪਾਂ ਦੁਬਾਰਾ ਇਹਦੇ 'ਤੇ ਵਿਚਾਰ ਚਰਚਾ ਕਰਾਂਗੇ ਕਿ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ ਕਿ ਨਹੀਂ ਹੋਣੀ ਚਾਹੀਦੀ। ਵੈਸੇ ਤਾਂ ਕਈ ਲੋਕ ਆਉਂਦੇ ਆ ਵੀ ਕਈ ਲੋਕ ਬਜ਼ੁਰਗ ਉੱਦਾਂ ਹੀ ਬੜੇ ਸਿਆਣੇ ਹੁੰਦੇ ਆ, ਉਹ ਅਨਪੜ੍ਹ ਵਕੀਲਾਂ ਨਾਲੋਂ ਵੀ ਜ਼ਿਆਦਾ ਵਕੀਲਾਂ ਵਾਂਗੂ ਹੀ ਹੁੰਦੇ ਆ, ਵਕੀਲ ਤਾਂ ਨਹੀਂ ਹੁੰਦੇ ਪਰ ਅਨਪੜ੍ਹ ਵਕੀਲ ਉਹਨਾਂ ਨੂੰ ਕਹਿੰਦੇ ਲੋਕ, ਕਿਉਂਕਿ ਬੜੇ ਸਿਆਣੇ ਹੁੰਦੇ ਆ, ਐਕਸਪੀਰੀਅੰਸ ਦੇ ਨਾਲ, ਤਜਰਬੇ ਦੇ ਨਾਲ ਉਹ ਸਿਆਣੇ ਹੋ ਜਾਂਦੇ ਆ। ਕੁਛ ਹੋਰ ਵੀ ਕਹਿਣਾ ਚਾਹੁੰਦੇ ਜੇ?
IPS ਅਫਸਰ ਜਿਹੜੇ ਵੀ ਬੜੇ ਬੰਦਿਆਂ ਦੇ ਬਣਦੇ ਆ, ਓਨੈਸਟ ਤੇ ਪੜ੍ਹਿਆ ਲਿਖਿਆ ਇੱਧਰ ਵੀ ਨਹੀਂ ਜਾਂਦਾ ਜੀ। ਨਹੀਂ ਉੱਥੇ ਕਈ ਵਾਰ ਇੱਕ ਆਮ ਸਧਾਰਨ ਪਰਿਵਾਰ ਦੇ ਲੋਕ ਜਿਹੜੇ ਆ ਉਹ ਵੀ ਪੜ੍ਹ ਲਿਖ ਕੇ ਮਿਹਨਤ ਕਰਕੇ, ਕਿਉਂਕਿ ਜਿਹੜੀ UPSC ਦੀ ਸਿਲੈਕਸ਼ਨ ਆ ਉਹਦੇ 'ਤੇ ਹਾਲੇ ਕੋਈ ਬਹੁਤੇ ਸਵਾਲ ਨਹੀਂ ਉੱਠੇ। ਤੁਸੀਂ ਆ ਪਿੱਛੇ ਜੇ ਦੇਖਿਆ ਹੀ ਆ ਕਿ ਇੱਕ ਹੈਂਡੀਕੈਪਡ ਲੜਕੀ, ਅਪਾਹਜ ਲੜਕੀ ਜਿਹੜੀ ਆ ਉਹ ਹੁਣੇ ਸਿਲੈਕਟ ਹੋ ਕੇ ਉਹਨੇ ਟੌਪ ਕੀਤਾ ਵਾ ਸਿਵਲ ਸਰਵਿਸ, ਉਹਦੀ ਕੋਈ ਸਿਫਾਰਿਸ਼ ਨਹੀਂ ਸੀ, ਇਨਫੈਕਟ ਉਹਦੇ ਉਹ ਹੈਂਡੀਕੈਪ ਸੀ। ਸੋ ਇਸ ਕਰਕੇ IAS ਦੇ ਵਿੱਚ ਤਾਂ ਇੱਕ ਸਧਾਰਨ ਪਰਿਵਾਰ ਦੇ ਹੀ ਹੁਣ ਜ਼ਿਆਦਾ ਲੋਕ ਆ ਰਹੇ ਆ, ਇਹ ਜਿਹੜੇ ਪੜ੍ਹੇ ਲਿਖੇ ਜਿਹੜੇ ਰਸੂਖ ਵਾਲੇ ਪਰਿਵਾਰ ਆ, ਮੇਰੇ ਖਿਆਲ ਉੱਥੇ ਹੁਣ ਐਸ਼ ਪ੍ਰੈਸ ਦੇ ਵਿੱਚ ਲੱਗ ਗਏ ਆ, ਉਹ ਸਿਵਲ ਸਰਵਿਸਿਜ਼ ਵਗੈਰਾ ਦੇ ਵਿੱਚ ਜਿੱਥੇ ਮਿਹਨਤ ਕਰਨ ਦੀ ਲੋੜ ਹੈ ਉੱਥੇ ਉਹ ਸਾਹਮਣੇ ਨਹੀਂ ਆ ਸਕਦੇ। ਮਿਹਰਬਾਨੀ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ। ਹੈਲੋ ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਘੁੰਮਣ ਬੋਲਦਾ ਵਰਜੀਨੀਆ ਤੋਂ। ਹਾਂਜੀ ਭਾਈ ਸਾਹਿਬ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਕਹਿਣਾ ਕੀ ਆ, ਉਹ ਬਾਦਲ ਸਾਹਿਬ ਨੇ ਤੁਹਾਨੂੰ ਸਭ ਕੁਝ ਦੱਸ ਦਿੱਤਾ ਆਪਣੀ ਜ਼ਬਾਨੀ, ਦੂਸਰੇ ਨੰਬਰ 'ਤੇ ਚਲੋ ਭਾਈ ਸਾਹਿਬ ਦੂਜਾ ਨਾਂ ਲੈ ਦਿੱਤਿਆ, ਤੀਸਰੇ ਨੰਬਰ 'ਤੇ ਵੇਖੋ ਬੀਬੀ ਜਗੀਰ ਨੇ ਆਪਣਾ ਕੁੜੀ ਤਿਆਰ ਕਰ ਲਈ ਆ, ਸੁੱਚਾ ਸਿੰਘ ਲਗਾ ਨੇ ਆਪਣਾ ਮੁੰਡਾ ਤਿਆਰ ਕਰ ਲਿਆ, ਕਿਉਂਕਿ ਆਪੀ ਤੇ ਲੜ ਨਹੀਂ ਸਕਦੇ, ਹੁਣ ਸਟੇਜਾਂ ਚੜਾ ਕੇ ਉਹਨਾਂ ਕੋਲ ਪ੍ਰਚਾਰ ਕਰਾਉਣ ਡਏ ਆ ਪੰਜਾਬ ਵਿੱਚ, ਤੇ ਇੱਕ ਉਹਦਾ ਜਵਾਈ ਜਗੀਰ ਕੌਰ ਦਾ ਤੇ ਇੱਕ ਉਹਦੀ ਕੁੜੀ ਤੇ ਇਹਦੇ ਲਗਾ ਦਾ ਮੁੰਡਾ। ਦੂਸਰੇ ਨੰਬਰ 'ਤੇ ਮੈਂ ਤੁਹਾਡੇ ਇੱਕ ਰਿਕੁਐਸਟ ਜ਼ਰੂਰੀ ਕਰਨੀ ਆ, ਆੜੇ ਅਕਾਲੀ ਦਲ ਦੇ ਤੇ ਨੇਤਾ ਤੁਰੇ, ਇਹਨਾਂ ਨੂੰ ਤੇ ਕਰੇ ਲਿਆਓ ਆਪਣੇ ਨਾਲ ਪਲੀਜ਼। ਮੈਂ ਸਮਝਿਆ ਨਹੀਂ ਜੀ, ਅਕਾਲੀ ਦਲ ਕੀ? ਸਾਡੇ ਅਕਾਲੀ ਦਲ ਵਫਦ ਆਏ ਆ ਇੱਥੇ, ਤੇ ਇਹਨਾਂ ਦੇ ਇੱਕ ਇੰਟਰਵਿਊ ਤੇ ਲਿਓ ਆਪਣੇ ਆਨਲਾਈਨ ਤੇ ਜਿੱਦਾਂ ਵੀ ਆ ਲਾਈਵ ਤੇ ਨੂੰ ਲਿਆਓ ਵੀ ਇਹ ਕੀ ਕਰਤੂਤਾਂ ਤੇ ਕਰੇ ਵਿਚਾਰੇ। ਭਾਈ ਸਾਹਿਬ, ਕਿਉਂਕਿ ਮੈਂ ਇਸ ਵੇਲੇ ਸ਼ੋਅ ਜਿਹੜਾ ਚੰਡੀਗੜ੍ਹ ਤੋਂ ਕਰ ਰਿਹਾ ਵਾਂ, ਸੋ ਉਹ ਸਾਰੇ ਜਿਹੜੇ ਲੀਡਰ ਆ ਜਾਂ ਅਮੈਰੀਕਾ ਅਤੇ ਕੈਨੇਡਾ ਗਏ ਆ, ਵਿੱਚ ਵਿੱਚ ਉਹ ਕੁਝ ਸਾਡੇ ਸਟੂਡੀਓ ਵੀ ਆਏ ਵੀ ਆ, ਮੇਰੇ ਖਿਆਲ ਹੋਰ ਵੀ ਜਿਹੜੇ ਲੀਡਰ ਆ ਆਉਣਗੇ ਵੀ, ਸੋ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਉਹਨਾਂ ਨੂੰ ਆਪਣੇ ਸਟੂਡੀਓ ਬੁਲਾ ਕੇ ਜਾਂ ਬਾਹਰ ਜਾ ਕੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਜ਼ਰੂਰ ਉਹਨਾਂ ਦੇ ਵਿਊ ਪੁਆਇੰਟ ਜਿਹੜਾ ਵਾ, ਉਹਨਾਂ ਦਾ ਕੀ ਦ੍ਰਿਸ਼ਟੀਕੋਣ ਆ, ਕੀ ਨਜ਼ਰੀਆ ਵਾ, ਕੀ ਸੁਝਾਵ ਆ, ਕੀ ਵਿਚਾਰ ਆ, ਇਹ ਸਾਰੇ ਤੁਹਾਨੂੰ ਅਸੀਂ ਪੇਸ਼ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਮਿਹਰਬਾਨੀ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅਸੀਂ ਬ੍ਰੇਕ ਲਵਾਂਗੇ। ਹੈਲੋ ਹੈਲੋ ਹਾਂਜੀ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ, ਮੇਰੇ ਖਿਆਲ ਦੇ ਹਿਸਾਬ ਨਾਲ, ਜਿਹੜਾ ਮੇਰਾ ਖਿਆਲ ਆ, ਹਾਂ ਹਾਂ, ਜਿਵੇਂ ਕਿਸੇ ਸਰਪੰਚ ਦਾ ਮੁੰਡਾ ਜੇ ਇਹ ਸੋਚਦਾ ਵੀ ਮੈਂ ਤਾਂ ਆਪ ਸਰਪੰਚ ਬਣੂਗਾ, ਕਿਸੇ ਪੋਲੀਟਿਕਸ ਦਾ ਮੁੰਡਾ ਕਹਿੰਦਾ ਮੈਂ ਵੀ ਬਣੂਗਾ, ਇਹਦਾ ਮਤਲਬ ਤਾਂ ਉਹਦੇ 'ਚ ਹਮਾ ਇਹ ਆ ਵੀ ਮੇਰੇ ਪਿਓ ਆ ਜਿਹੜਾ, ਮੈਂ ਉਹਦੇ ਉੱਤੋਂ ਮੇਰੇ ਪਿਓ ਨਾਲੋਂ ਉੱਤੇ ਕੰਮ ਕਰਕੇ ਦਿਖਾਉਣਾ, ਮੈਂ ਮੇਰਾ ਜਿਹੜਾ ਪਿਓ ਸੀ ਜੇ ਇਹ ਸੀਗਾ ਤਾਂ ਮੈਂ ਵੀ ਬਣੂੰਗਾ ਉਹ ਜੀ। ਚਾਹੀਦਾ ਇਹ ਆ ਵੀ ਜਿਹੜੀਆਂ ਮੇਰੇ ਪਿਓ ਨੇ ਗਾਲਾਂ ਖਾ ਲਈਆਂ ਮੈਂ ਇਹਨਾਂ ਕੰਮਾਂ 'ਚ ਗਾਲਾਂ ਖਾਣ ਹੁੰਦਾ ਵੀ ਇਹ ਤੋਂ ਪਰੇ ਹਟ ਕੇ ਬਣਨਾ ਚਾਹੇ ਔਰ ਬਣ ਵੀ ਜਾਵੇ, ਲੇਕਿਨ ਕਾਬਲੀਅਤ ਜ਼ਰੂਰ ਹੋਣੀ ਚਾਹੀਦੀ ਹੈ। ਸਿਰਫ ਇਸ ਕਰਕੇ ਵੀ ਉਹ ਸਰਪੰਚ ਦਾ ਮੁੰਡਾ ਵਾ ਅਤੇ ਉਹ ਸਰਪੰਚ ਬਣਨਾ ਚਾਹੀਦਾ ਵਾ, ਇਹ ਗੱਲ ਨਹੀਂ ਹੋਣੀ ਚਾਹੀਦੀ। ਸੋ ਇਸ ਗੱਲ ਮੇਰਾ ਆਪਣਾ ਇਹ ਵਿਊ ਪੁਆਇੰਟ ਆ ਕਿ ਜਿਵੇਂ ਡਾਕਟਰ ਦਾ ਬੇਟਾ ਡਾਕਟਰ ਵੀ ਬਣ ਸਕਦਾ, ਸੋ ਸਿਆਸਤਦਾਨ ਦਾ ਬੇਟਾ ਸਿਆਸੀ ਲੀਡਰ ਵੀ ਬਣ ਸਕਦਾ, ਲੇਕਿਨ ਕਾਬਲੀਅਤ ਜੇ ਹੋਵੇ। ਕੁਝ ਹੋਰ ਵੀ ਕਹਿਣਾ ਚਾਹੁੰਦੇ? ਸ਼ਾਇਦ ਕਾਲ ਕੱਟ ਗਈ, ਇੱਥੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਪਰਿਵਾਰਵਾਦ ਦੀ ਜਿਹੜੀ ਗੱਲ ਕਰ ਰਹੇ ਹਾਂ ਇਹਦੇ 'ਤੇ ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਅਸੀਂ ਗੱਲ ਕਰ ਰਹੇ ਹਾਂ ਪਰਿਵਾਰਵਾਦ ਦੀ। ਇਨਫੈਕਟ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਵਾ ਉਹਨਾਂ ਦੇ ਇੱਕੋ ਹੀ ਪਰਿਵਾਰਾਂ ਦੇ ਜਿਹੜੇ ਮੈਂਬਰ ਆ ਜਾਂ ਕੁਝ ਗਿਣੇ ਚੁਣੇ ਜਿਹੜੇ ਪਰਿਵਾਰ ਆ ਉਹਨਾਂ ਦੇ ਮੈਂਬਰ ਲਗਾਤਾਰ ਸਿਆਸਤ ਦੇ ਵਿੱਚ ਆ ਰਹੇ ਆ। ਇਹ ਗੱਲ ਜਿਹੜੀ ਆ ਤੁਹਾਨੂੰ ਪਤਾ ਹੀ ਆ ਕਿ ਬਾਦਲ ਸਾਹਿਬ ਨੇ ਜਿਹੜੀ ਪਿੱਛੇ ਜੇ
ਅੰਮ੍ਰਿਤਸਰ ਦੇ ਵਿੱਚ ਇੱਕ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ, ਉਸ ਤੋਂ ਬਾਅਦ ਇਹ ਜਿਹੜੀ ਗੱਲ ਹੈ ਇੱਕ ਨਵੀਂ ਵਿਚਾਰ ਚਰਚਾ ਜਿਹੜੀ ਆ ਉਹ ਡਿਬੇਟ ਜਿਹੜੀ ਆ ਉਹ ਛਿੜ ਗਈ ਹੈ। ਮੈਂ ਇੱਥੇ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਕੁਝ ਸਿਆਸੀ ਲੀਡਰ ਜ਼ਰੂਰ ਨੇ ਜੋ ਖੁਦ ਪ੍ਰਮੁੱਖ ਸਥਾਨ 'ਤੇ ਰਹੇ ਨੇ ਪਰ ਆਪਣੇ ਪਰਿਵਾਰ ਨੂੰ ਅੱਗੇ ਨਹੀਂ ਲੈ ਕੇ ਆਏ। ਰਾਸ਼ਟਰੀ ਲੈਵਲ 'ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਮਹਾਤਮਾ ਗਾਂਧੀ ਦਾ ਇੱਕ ਵੱਡਾ ਉਦਾਹਰਣ ਹੈ ਕਿ ਉਹ ਆਪ ਦੇਖੋ ਫਾਦਰ ਆਫ ਦੀ ਨੇਸ਼ਨ ਕਿਹਾ ਜਾਂਦਾ ਉਹਨਾਂ ਨੂੰ, ਲੇਕਿਨ ਆਪਣਾ ਪਰਿਵਾਰ ਦਾ ਮੈਂਬਰ ਕੋਈ ਨਹੀਂ ਲੈ ਕੇ ਆਏ। ਪਰਿਵਾਰ ਦੇ ਮੈਂਬਰ ਕੁਝ ਉਹਨਾਂ ਦੇ ਨਾ ਨਾਰਾਜ਼ ਵੀ ਹੋਏ ਅਤੇ ਬੇਟੇ ਜਿਹੜੇ ਉਹਨਾਂ ਦਾ ਨਾਰਾਜ਼ ਵੀ ਹੋਏ। ਇਸੇ ਤਰ੍ਹਾਂ ਪੰਜਾਬ 'ਚ ਗਿਆਨੀ ਜ਼ੈਲ ਸਿੰਘ ਔਰ ਦਰਬਾਰਾ ਸਿੰਘ ਇਹਨਾਂ ਵਰਗੇ ਸਿਆਸੀ ਲੀਡਰ ਆਪਣੇ ਪਰਿਵਾਰਾਂ ਨੂੰ ਅੱਗੇ ਨਹੀਂ ਲੈ ਕੇ ਆਏ। ਇਨਫੈਕਟ ਦਰਬਾਰਾ ਸਿੰਘ ਨੇ ਆਪਣਾ ਬਿਜ਼ਨਸ ਵੀ ਦੂਜੇ ਰਾਜਾਂ 'ਚ ਕੀਤਾ, ਪੰਜਾਬ ਦੇ ਮੁੱਖ ਮੰਤਰੀ ਸਨ ਲੇਕਿਨ ਉਹਨਾਂ ਦਾ ਸਾਰਾ ਬਿਜ਼ਨਸ ਜਿਹੜਾ ਸੀ ਬਿਹਾਰ ਬੰਗਾਲ ਦੇ ਵਿੱਚ ਸੀ। ਇੱਥੇ ਬਿਜ਼ਨਸ ਵੀ ਆਪਣੇ ਉਹਨਾਂ ਨੇ ਪਰਿਵਾਰ ਨੂੰ ਨਹੀਂ ਕਰਨ ਦਿੱਤਾ। ਉਹ ਅੱਜ ਇਸ ਵੇਲੇ ਸਾਡੇ ਨਾਲ ਦਰਮਿਆਨ ਨਹੀਂ ਨੇ, ਉਹਨਾਂ ਦੀਆਂ ਹੋਰ ਆਪਾਂ ਉਹਨਾਂ ਦੀ ਜਿੰਨੀ ਮਰਜ਼ੀ ਆਲੋਚਨਾ ਕਰਦੀ, ਲੇਕਿਨ ਇਹਨਾਂ ਮਸਲਿਆਂ 'ਤੇ ਭਾਵੇਂ ਗਿਆਨੀ ਜੈਲ ਸਿੰਘ ਹੋਣ ਭਾਵੇਂ ਦਰਬਾਰਾ ਸਿੰਘ ਹੋਣ, ਉਹਨਾਂ ਦੀ ਕ੍ਰਿਟੀਸਿਜ਼ਮ ਜਿਹੜੀ ਆ ਉਹ ਨਹੀਂ ਹੋ ਸਕਦੀ। ਸਵਾਲ ਇਹ ਵੀ ਉੱਠਦਾ ਹੈ ਕਿ ਪਰਿਵਾਰਵਾਦ ਗਲਤ ਵੀ ਹੈ ਜਾਂ ਨਹੀਂ। ਸਿਆਸੀ ਲੀਡਰਾਂ ਦਾ ਕਹਿਣਾ, ਜਿਵੇਂ ਹੁਣੇ ਇੱਕ ਸਾਡੇ ਕਾਲਰ ਨੇ ਵੀ ਕਿਹਾ ਕਿ ਜੇ ਡਾਕਟਰ ਦਾ ਬੇਟਾ ਡਾਕਟਰ ਬਣ ਸਕਦਾ, ਜਰਨਲਿਸਟ ਦਾ ਬੇਟਾ ਜਰਨਲਿਸਟ ਬਣ ਸਕਦਾ ਵਾ, ਅਤੇ ਫਿਰ ਸਿਆਸੀ ਲੀਡਰ ਦਾ ਬੇਟਾ ਜਿਹੜਾ ਵਾ ਉਹ ਸਿਆਸਤ 'ਚ ਕਿਉਂ ਨਹੀਂ ਆ ਸਕਦਾ। ਗੱਲ ਤਾਂ ਠੀਕ ਆ, ਪ੍ਰੋਬਲਮ ਮੈਂ ਜਿਵੇਂ ਅੱਗੇ ਕਿਹਾ ਕਿ ਇੱਥੇ ਆਉਂਦੀ ਆ ਕਿ ਬਹੁਤ ਵਾਰਾਂ ਕਾਬਲੀਅਤ ਜਿਹੜੀ ਆ ਉਸ ਤੋਂ ਬਿਨਾਂ ਸਿਆਸੀ ਪਰਿਵਾਰ ਲੋਕਾਂ 'ਤੇ ਰਾਜ ਕਰਦੇ ਆ। ਕੁਝ ਸਾਡੇ ਨਾਲ ਸੱਜਣ ਇਸ ਵੇਲੇ ਜੁੜੇ ਆ, ਦੇਖਦੇ ਹਾਂ ਉਹਨਾਂ ਦਾ ਇਸ ਮਸਲੇ 'ਤੇ ਕੀ ਉਹਨਾਂ ਦਾ ਸੁਝਾਵ ਹੈ ਜਾਂ ਵਿਚਾਰ ਆ। ਹੈਲੋ, ਹਾਂਜੀ ਸੰਧੂ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਸਰ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ ਸੀ, ਬਹੁਤ ਵਧੀਆ ਹੈਗਾ ਵਾ। ਮਿਹਰਬਾਨੀ ਜੀ। ਦੇਖੋ ਸੰਭਾਵਕ ਹੈ ਕਿ ਕਿਉਂਕਿ ਉਹ ਬੱਚਾ ਉਸ ਮਾਹੌਲ 'ਚ ਪਲਿਆ ਹੋਇਆ ਹੁੰਦਾ ਤੇ ਉਹ ਸੰਭਾਵਕ ਹੀ ਉਹਨੇ ਉਹਨਾਂ ਕੰਮਾਂ ਨੂੰ ਹੀ ਉਹ ਫੋਲੋ ਕਰੇਗਾ ਜੀ। ਇਹ ਸੰਭਾਵਕ ਜੀ ਗੱਲ ਮੈਨੂੰ ਕਹਾਂਗਾ। ਦੂਜੀ ਗੱਲ ਇਹ ਹੈ ਕਿ ਮੈਂ ਕਿਉਂਕਿ ਤੁਹਾਡੇ ਚੈਨਲ ਜਿਹੜੇ ਤੁਹਾਡੇ ਨੇ ਤੁਹਾਡਾ ਹੋ ਗਿਆ ਜਾਂ ਸਾਡੇ ਇੱਥੋਂ ਇੱਕ ਜਸ ਪੰਜਾਬੀ ਚੱਲਦਾ, ਬਹੁਤ ਵਧੀਆ ਚੈਨਲ ਹੈਗੇ ਆ, ਬਹੁਤ ਅਸੀਂ ਪਰਿਵਾਰਕ ਗੱਲਾਂ ਕਰਦੇ ਹਾਂ। ਮਿਹਰਬਾਨੀ ਜੀ। ਪਰ ਮੈਂ ਕਈ ਵਾਰੀ ਮੈਂ ਇਸ ਚੀਜ਼ ਨੂੰ ਨੋਟ ਕਰਦਾ ਕਿ ਕੁਛ ਕੁ ਸਾਡੇ ਲੋਕ ਨਾ ਐਕਸਪੀਰੀਅੰਸ ਸ਼ੇਅਰ ਕਰਨ ਦੀ ਬਜਾਏ ਨਾ ਉਹ ਦੂਸਰਿਆਂ ਤੇ ਚਿੱਕੜ ਸੁੱਟਣਾ ਜਿਹੜਾ ਨੇ ਨਾ ਉਹ ਜ਼ਿਆਦਾ ਪਸੰਦ ਕਰਦੇ ਨੇ। ਮਾੜੀ ਗੱਲ ਆ ਸਾਡੇ ਵਾਸਤੇ ਜੀ, ਕਿਉਂਕਿ ਸਾਡੇ ਆਪਣੇ ਚੈਨਲ ਨੇ, ਅਸੀਂ ਇਹਨਾਂ ਦੇ ਆਪਣੇ ਐਕਸਪੀਰੀਅੰਸ ਸ਼ੇਅਰ ਕਰੀਏ, ਨਾ ਕਿ ਇੱਕ ਦੂਜੇ ਤੇ ਚਿੱਕੜ ਸੁੱਟੀਏ ਕਿ ਫਲਾਣੇ ਨੇ ਫਲਾਣੇ ਦੀ ਕੁੜੀ ਹੋ ਗਈ, ਫਲਾਣੇ ਦੇ ਫਲਾਣੇ ਦਾ ਮੁੰਡਾ ਹੋ ਗਿਆ ਤਾਂ ਉਹ ਲੀਡਰ ਉਹਨੇ ਬਣ ਗਿਆ, ਉਹ ਭਿੰਦਾ ਬਣ ਗਿਆ, ਚੌਥਾ ਬਣ ਗਿਆ ਜੀ। ਮੈਂ ਤੁਹਾਨੂੰ ਇੱਕ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਵਾਂ ਕਿ ਤੁਸੀਂ ਆਪਣੀ ਜ਼ਰਾ ਇੰਟਰੋਡਕਸ਼ਨ ਦੇ ਦਿਓ। ਮੈਂ ਜਰਨੈਲ ਸਿੰਘ ਬੋਲ ਰਿਹਾ ਜੀ, ਨਿਊਯਾਰਕ ਤੋਂ। ਹਾਂਜੀ ਜਰਨੈਲ ਸਿੰਘ ਜੀ, ਦੱਸੋ। ਹਾਂ ਮੈਂ ਤੁਹਾਡੇ ਨਾਲ ਇੱਕ ਐਕਸਪੀਰੀਅੰਸ ਆਪਣਾ ਸ਼ੇਅਰ ਕਰਦਾ ਮੈਂ ਕਿ ਮੈਂ ਹੁਣ ਪਿੱਛੇ ਜੇ ਜਾ ਕੇ ਇੰਡੀਆ ਆਇਆ ਸੀਗਾ, ਲੇਕਿਨ ਮੈਂ ਕੋਈ ਬੰਦੇ ਦੇ ਕੋਲੋਂ ਮੈਂ ਕਿਸੇ ਨੂੰ ਫੋਨ ਨਹੀਂ ਕਰਾਇਆ। ਮੈਂ ਡਾਇਰੈਕਟ ਕਿਤੋਂ ਨੰਬਰ ਲੈ ਕੇ ਤੇ ਮੈਨੂੰ ਪਤਾ ਲੱਗਿਆ ਕਿ ਇਹ ਮੇਰਾ ਕੰਮ ਫਲਾਣੇ ਜਿਹੜੇ ਨੇ ਲੀਡਰ ਕਰ ਸਕਦੇ ਨੇ ਜੀ। ਮੈਂ ਬੀਬੀ ਜਗੀਰ ਕੌਰ ਨੂੰ ਕਾਲ ਕੀਤੀ। ਓਕੇ। ਔਰ ਤੁਸੀਂ ਯਕੀਨ ਕਰਕੇ ਮੰਨਿਓ ਜੇ, ਬੀਬੀ ਜਗੀਰ ਕੌਰ ਉਹਨਾਂ ਨੇ ਮੈਨੂੰ ਸਿਰਫ ਇੰਨਾ ਪੁੱਛਿਆ ਕਿ ਭਾਜੀ ਕੌਣ ਬੋਲ ਰਹੇ ਹੋ? ਮੈਂ ਕਿਹਾ ਜੀ ਮੈਂ ਜਰਨੈਲ ਸਿੰਘ ਬੋਲ ਰਿਹਾ। ਹਾਂਜੀ ਭਾਜੀ ਦੱਸੋ। ਮੈਂ ਕਿਹਾ ਭੈਣ ਜੀ ਕੰਮ ਸੀ ਤੁਹਾਡੇ ਤੱਕ? ਕਹਿੰਦੇ ਭਾਜੀ ਮੈਂ ਇਸ ਟਾਈਮ ਤੇ ਬਿਜੀ ਹਾਂ, ਤੁਸੀਂ ਮੇਰੇ ਕੋਲ 3 ਵਜੇ ਆ ਸਕਦੇ ਹੋ ਮੇਰੇ ਦਫ਼ਤਰ 'ਚ? ਓਕੇ। ਔਰ ਤੁਸੀਂ ਯਕੀਨ ਕਰਕੇ ਮੰਨਿਓ ਜੇ ਕਿ ਉਹ ਵਿਚਾਰੇ ਸਪੈਸ਼ਲ ਆਪਣਾ ਛੱਡ ਕੇ ਪ੍ਰੋਗਰਾਮ ਮੈਨੂੰ ਜਾਣਦੇ ਨਹੀਂ ਸੀ ਨਾ ਪਹਿਲਾਂ ਉਹ ਜੀ, ਕੋਈ ਕਿਸੇ ਦਾ ਰੈਫਰੈਂਸ ਨਹੀਂ ਹੈਗਾ, ਔਰ ਉਹ ਛੱਡ ਕੇ ਸਾਰਾ ਕੁਛ ਇਕੱਲੇ ਹੀ ਉਹ ਆਏ ਹੈ, ਮੇਰੇ ਸਾਹਮਣੇ ਉਹ ਪੌੜੀਆਂ ਚੜ੍ਹੇ ਹੈ ਜੀ, ਮੇਰੇ ਸਾਹਮਣੇ ਉਹ ਬੈਠੇ ਹੈ, ਮੇਰੀ ਗੱਲ ਸੁਣੀ ਹੈ, ਮੇਰੇ ਨਾਲ ਉਹਨਾਂ ਨੇ ਜਿੰਨੀ ਕੁ ਜਿੱਥੇ ਆਪਾਂ ਫੋਨ ਕਰਨਾ ਸੀ ਉਹਨਾਂ ਨੇ ਫੋਨ ਕੀਤਾ ਹੈ, ਫੋਨ ਕਰਕੇ ਤੇ ਮੇਰੇ ਨਾਲ ਹੀ ਉਹ ਨੀਚੇ ਉੱਤਰ ਗਏ ਨੇ ਜੀ। ਮੇਰਾ ਸਿਰਫ ਸਿੰਪਲੀ ਇਹ ਗੱਲ ਕਰਨ ਦਾ ਮੀਨਿੰਗ ਇੰਨਾ ਕੁ ਹੈਗਾ ਕਿ ਜਿਹੜੇ ਭਾਈ ਸਾਡੇ ਭਰਾ ਵੀਰ ਜਿਹੜੇ ਨੇ ਉਹ ਐਵੇਂ ਸਪੈਸ਼ਲ ਤੌਰ ਤੇ ਜਿਹਾ ਨਾਂ ਲੈਂਦੇ ਨੇ ਨਾ ਕਿਸੇ ਦਾ, ਇਹਨਾਂ ਗੱਲਾਂ ਤੋਂ ਗੁਰੇਜ ਕਰਨ। ਜੇ ਕੋਈ ਚੰਗਾ ਲੀਡਰ ਹੈਗਾ ਨਾ ਤੇ ਉਹਦੇ ਸਾਨੂੰ ਸਤਿਕਾਰ ਕਰਨਾ ਚਾਹੀਦਾ। ਆਪਾਂ ਸਾਰੇ ਮਾਮਾ ਧੀਆਂ ਭੈਣਾਂ ਵਾਲੇ ਹੈਗੇ ਹਾਂ, ਸਾਨੂੰ
ਕਿਸੇ ਨੂੰ ਐਵੇਂ ਚਿੱਕੜ ਨਹੀਂ ਉਛਾਲਣਾ ਚਾਹੀਦਾ ਕਿਸੇ ਦੇ ਉੱਤੇ, ਸਾਡੀ ਇਨਸਾਨੀਅਤ ਨਹੀਂ ਹੈ। ਆਪਾਂ ਚਿੱਕੜ ਉਛਾਲਣ ਦੀ ਬਜਾਏ ਇਸ਼ੂ ਬੇਸਡ ਜਿਹੜੀ ਆ ਗੱਲ ਕਰੀਏ ਔਰ ਆਪਣੇ ਐਕਸਪੀਰੀਅੰਸ ਸ਼ੇਅਰ ਕਰੀਏ। ਬਹੁਤ ਚੰਗੀ ਗੱਲ ਹੈ ਜੀ ਜੇ ਜਗੀਰ ਕੌਰ ਨੇ ਤੁਹਾਡੀ ਗੱਲ ਸੁਣੀ ਔਰ ਤੁਹਾਡਾ ਜੇ ਕੰਮ ਉਹਨਾਂ ਨੇ ਜਾਇਜ਼ ਕੰਮ ਹੀ ਹੋਣਾ ਜਿਹੜਾ ਤੁਸੀਂ ਜਿਹਦੇ ਬਾਰੇ ਗੱਲ ਕਰਦੇ ਜੀ, ਉਹਨਾਂ ਨੇ ਕੰਮ ਕਰਵਾਤਾ, ਮੇਰੇ ਖਿਆਲ ਇਹੋ ਜਿਹੀ ਚੀਜ਼ ਜਿਹੜੀ ਆ ਅਸੀਂ ਚਾਹੁੰਦੇ ਹਾਂ ਵੀ ਬਾਕੀ ਲੀਡਰ ਵੀ ਕਰਨ ਔਰ ਜਗੀਰ ਕੌਰ ਜਿਹੜੇ ਆ ਉਹ ਬਾਕੀਆਂ ਦੇ ਕੰਮ ਵੀ ਇਸੇ ਤਰ੍ਹਾਂ ਹੀ ਜਿਹੜੇ ਆ ਸੁਲਝਾਉਣ। ਮੇਰੇ ਖਿਆਲ ਇਹ ਅਸੀਂ ਆਸ ਜਿਹੜੇ ਆ ਸਿਆਸੀ ਲੀਡਰਾਂ ਤੋਂ ਡੈਫੀਨੇਟਲੀ ਕਰਦੇ ਹਾਂ। ਜਿਹੜੀ ਦੂਜੀ ਗੱਲ ਤੁਸੀਂ ਕਹੀ ਆ ਕਿ ਵਾਕਈ ਕਈ ਲੀਡਰ ਜਿਹੜੇ ਆ ਉਹ ਜਿਹੜੇ ਸਿਆਸਤ ਦੇ ਮਾਹੌਲ 'ਚ ਜੇ ਪਲੇ ਆ ਤਾਂ ਫਿਰ ਉਹ ਸਿਆਸੀ ਲੀਡਰ ਬਣਨ ਦੀ ਕੋਸ਼ਿਸ਼ ਜ਼ਰੂਰ ਕਰਦੇ ਆ, ਲੇਕਿਨ ਇੱਕ ਹਰ ਕੰਮ ਦੀ ਇੱਕ ਮਿਹਨਤ ਜਿਹੜੀ ਆ, ਹਰ ਕੰਮ ਜਿਹੜਾ ਮਿਹਨਤ ਮੰਗਦਾ ਵਾ। ਹੁਣ ਪਿੱਛੇ ਜੇ ਕੋਸ਼ਿਸ਼ ਹੋਈ ਸੀ ਵੀ ਰਾਹੁਲ ਗਾਂਧੀ, ਕਿਉਂਕਿ ਉਹ ਰਾਜੀਵ ਗਾਂਧੀ ਦੇ ਸੋਨੀਆ ਗਾਂਧੀ ਦੇ ਬੇਟੇ ਆ, ਸੋ ਇਸ ਕਰਕੇ ਉਹ ਪਾਰਟੀ ਦੇ ਪ੍ਰਧਾਨ ਬਣਨੇ ਹੀ ਚਾਹੀਦੇ ਆ। ਸੋ ਬਹੁਤ ਸੋਰੀ ਲੋਕ ਕਹਿ ਰਹੇ ਸੀ ਜੀ ਉਹਨਾਂ ਨੂੰ ਪ੍ਰਧਾਨਗੀ ਦੇ ਦਿਓ, ਔਰ ਸ਼ਾਇਦ ਇਸੇ ਤਰ੍ਹਾਂ ਦੀ ਜਿਹੜੀ ਚਮਚਾਗਿਰੀ ਸੀਗੀ, ਸਾਈਕੋਫੈਂਸੀ ਸੀ, ਉਹਦੇ ਕਰਕੇ ਪਾਰਟੀ ਦਾ ਨੁਕਸਾਨ ਹੋਇਆ। ਲੇਕਿਨ ਅੱਜ ਕੱਲ੍ਹ ਤੁਸੀਂ ਵੇਖ ਹੀ ਰਹੇ ਜੇ ਕਿ ਰਾਹੁਲ ਗਾਂਧੀ ਜਿਹੜੇ ਆ ਉਹ ਲਗਾਤਾਰ ਆਪਣੇ ਆਪ ਨੂੰ ਦੁਬਾਰਾ ਇਨਫੈਕਟ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਦੁਬਾਰਾ ਮੁੜ ਆਪਣੇ ਆਪ ਨੂੰ ਸਿਆਸਤ 'ਚ ਉਸਾਰੀ ਦੀ ਕੋਸ਼ਿਸ਼ ਕਰ ਰਹੇ ਆ, ਔਰ ਕਦੀ ਇੱਕ ਰਾਜ ਦੇ ਵਿੱਚ ਜਾਂਦੇ ਆ, ਕਦੀ ਦੂਜੇ ਰਾਜ ਦੇ ਵਿੱਚ ਜਾਂਦੇ ਆ, ਲੋਕਾਂ ਦੇ ਵਿੱਚ ਵਿਚਰਦੇ ਆ, ਪੰਜਾਬ 'ਚ ਵੀ ਉਹ ਪਿੱਛੇ ਜੇ ਹੋ ਕੇ ਆਏ, ਕਿਸਾਨਾਂ ਨੂੰ ਮਿਲ ਕੇ ਗਏ ਆ। ਜੇ ਇਸੇ ਤਰ੍ਹਾਂ ਬੰਦਾ ਮਿਹਨਤ ਕਰਦਾ ਵਾ, ਲੋਕਾਂ ਦੇ ਵਿੱਚ ਜਾਂਦਾ ਵਾ, ਲੋਕਾਂ ਦੇ ਵਿੱਚ ਵਿਚਰਦਾ ਵਾ, ਲੋਕਾਂ ਦੀਆਂ ਗੱਲ ਸੁਣ ਕੇ ਆਪਣੇ ਜਿਹੜੇ ਵਿਚਾਰ ਫੋਰਮ ਕਰਦਾ ਵਾ, ਪੋਲਿਸੀਜ਼ ਫੋਰਮ ਕਰਦਾ ਵਾ, ਤਾਂ ਡੈਫੀਨੇਟਲੀ ਇਹੋ ਜਿਹੇ ਕੰਮ ਦੇ ਵਿੱਚ ਕੋਈ ਨੁਕਸਾਨ ਨਹੀਂ ਜੇ ਬੰਦਾ ਕਾਮਯਾਬ ਵੀ ਹੋ ਜੇ, ਭਾਵੇਂ ਉਹਦਾ ਕੋਈ ਸਿਆਸੀ ਬੈਕਗਰਾਊਂਡ ਪਰਿਵਾਰ ਦਾ ਹੋਵੇ ਵੀ। ਸੋ ਬਿਲਕੁਲ ਠੀਕ ਕਿਹਾ ਤੁਸੀਂ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ 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 ਹਾਂਜੀ ਹੈਲੋ ਹਾਂਜੀ ਹਾਂਜੀ ਬਾਬਾ ਜੀ, ਮੈਂ ਜਗਦੀਪ ਗਿੱਲ ਬੋਲਦਾ ਜੀ ਡੈਲਸ ਤੋਂ। ਹਾਂਜੀ ਜਗਦੀਪ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਹਾਂ ਬਾਬਾ ਜੀ, ਮੈਂ ਵੀ ਇਹੀ ਕਹਿਣਾ ਚਾਹੁੰਦਾ ਸੀ, ਅੰਮ੍ਰਿਤਸਰ ਜਿਹੜੀ ਬਾਦਲ ਸਾਹਿਬ ਬੋਲਦੇ ਆ, ਹਾਂ ਹਾਂ, ਉਹ ਅਸਲ 'ਚ ਕਹਿ ਤਾਂ ਮਜੀਠੀਆ ਸਾਹਿਬ ਦੇ ਫਾਦਰ ਨੂੰ ਗਏ, ਲੇਕਿਨ ਐਕਚੁਅਲੀ ਗੱਲ ਤਾਂ ਉਹਨਾਂ ਦੀ ਆਪਦੀ ਹੋਈ ਆ ਜੀ। ਉਹ ਆਪ ਮੁੱਖ ਮੰਤਰੀ ਮੁੰਡਾ ਉਹਨਾਂ ਦਾ ਡਿਪਟੀ ਮੁੱਖ ਮੰਤਰੀ, ਨੌਂ ਉਹਦੀ ਆਪਦੀ ਸੈਂਸਦੀ ਵਜ਼ੀਰ, ਜਵਾਈ ਆਪਦਾ ਵਜ਼ੀਰ, ਬਾਕੀ ਘਰੇ ਕੋਈ ਹੈ ਨਹੀਂ ਗਾ, ਫਿਰ ਦਾ ਰਿਸ਼ਤੇਦਾਰ ਸਿੱਖ ਸਿੱਖੋ ਮਜੀਠੀਆ, ਚਾਰ ਪੰਜ ਰਿਸ਼ਤੇਦਾਰ ਆ ਸਾਰੇ ਵਜ਼ੀਰ ਜੀ, ਤੇ ਕਹਿ ਗਿਆ ਕੁੜਮ ਨੂੰ ਕਹਿਣੀ ਆਪਦੇ ਆਪ ਨੂੰ ਚਾਹੀਦੀ ਸੀ। ਬਿਲਕੁਲ, ਉਹ ਜੋ ਕੁਛ ਉਹਨਾਂ ਨੇ ਕਿਹਾ ਉਹ ਆਪਣੇ ਆਪਣੇ ਪਰਿਵਾਰ 'ਤੇ ਜ਼ਿਆਦਾ ਗੱਲ ਜਿਹੜੀ ਆ ਉਹ ਢੁਕਵੀਂ ਆ, ਇਹ ਬਲ ਇਹ ਗੱਲ ਹੁਣੇ ਅੱਗੇ ਵੀ ਆਪਾਂ ਕਹਿ ਕੇ ਹਟੇ। ਬਿਲਕੁਲ ਠੀਕ ਹੈ, ਕੁਛ ਹੋਰ ਵੀ ਗੱਲ ਕਰਨੀ ਚਾਹੁੰਦੇ ਗਿੱਲ ਸਾਹਿਬ? ਨਹੀਂ ਬਾਈ ਜੀ, ਬਸ ਆਹੀ ਸੀਗੀ ਮੇਰੇ ਮਨ 'ਚ ਸੀ, ਮੈਂ ਕਿਹਾ ਵੀ ਮਿਹਰਬਾਨੀ ਮਿਹਰਬਾਨੀ, ਇਸੇ ਤਰ੍ਹਾਂ ਹੀ ਕਾਲ ਕਰਦੇ ਰਹੋ, ਤੁਹਾਡੀ ਕਾਲ ਦੀ ਸਾਨੂੰ ਇੰਤਜ਼ਾਰ ਰਹੂਗੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਸੁਝਾਅ ਹੈ। ਹੈਲੋ ਹੈਲੋ ਜੀ। ਹਾਂਜੀ ਹਾਂਜੀ ਸੰਧੂ ਸਾਹਿਬ, ਅੱਜ ਦਾ ਪਰਿਵਾਰਵਾਦ ਦਾ ਵਿਸ਼ਾ ਬਹੁਤ ਵਧੀਆ, ਉਹ ਬਾਦਲ ਸਾਹਿਬ ਨੇ ਜੋ ਗੱਲ ਅੰਮ੍ਰਿਤਸਰ ਕਹੀ ਹੈ ਨਾ, ਅਸਲ ਉਹ ਆਪਣੇ 'ਚ ਹਉਮੈ 'ਚ ਗੱਲ ਕਹਿ ਗਿਆ, ਅਤੇ ਇਹ ਬਣ ਗਿਆ ਹੁਣ ਇਸ਼ੂ ਬਣ ਗਿਆ, ਔਰ ਇਸ਼ੂ ਹੈ ਵੀ ਇਹ ਠੀਕ ਵਧੀਆ ਗੱਲ ਆ। ਬਹੁਤ ਸਾਰੇ ਸੱਜਣ ਨੇ ਦੱਸਿਆ, ਤੁਸੀਂ ਵੀ ਵਰਣਨ ਕੀਤਾ ਵੀ ਪਰਿਵਾਰਵਾਦ ਰਹੇ ਆ, ਦੂਜੀਆਂ ਸਟੇਟਾਂ ਵਿੱਚ ਵੀ ਇਹ ਮੋੜ ਤੋਂ ਚੱਲੇ ਆਉਂਦੇ ਆ, ਅਤੇ ਉਹਦੇ ਨਾਲ ਬੇਨਤੀ ਇੱਕ ਆ ਵੀ ਲੋਕਤੰਤਰ ਦਾ ਅਰਥ ਆ ਲੋਕਾਂ ਦਾ ਰਾਜ, ਇਹ 'ਚ ਇਲੈਕਸ਼ਨ ਹੁੰਦੀ ਆ, ਲੋਕਾਂ ਦੀ ਕਚਹਿਰੀ ਵਿੱਚ ਆ ਕੇ ਇਲੈਕਟ ਹੁੰਦੇ ਆ ਜੀ, ਘਰੋਂ ਉਠਾਲ ਕੇ ਕੋਈ ਬਾਂਹ ਫੜ ਕੇ ਤਾਂ ਕਿਸੇ ਮੁੰਡੇ ਨੂੰ ਨਹੀਂ ਉਠਾਲਦਾ। ਪਰ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਆ, ਮੈਂ ਪ੍ਰੋਫੈਸਰ ਗੁਰਮੇਲ ਸਿੰਘ ਬੋਲਦਾ ਜੀ। ਹਾਂਜੀ ਪ੍ਰੋਫੈਸਰ ਸਾਹਿਬ, ਇਹ ਬੇਨਤੀ ਇਹ ਆ ਵੀ ਜਿਹੜੀਆਂ ਬਹੁਤ ਸਾਰੇ ਅਹੁਦੇ ਹੁੰਦੇ ਜਿੱਦਾਂ ਕਾਰਪੋਰੇਸ਼ਨਾਂ ਦੇ ਕਈ ਸਿਲੈਕਸ਼ਨ ਬੋਰਡ ਹੁੰਦੇ ਆ, ਉਹਨਾਂ ਵਿੱਚ ਇਹ ਆਪਣੇ ਹੀ ਰਿਸ਼ਤੇਦਾਰ ਸੱਜਣ ਮਿੱਤਰਾਂ ਨੂੰ ਬਹੁਤ ਸ਼ਾਨਦਾਰ ਪੋਸਟਾਂ ਦਿੰਦੇ ਆ, ਜਿੱਥੇ ਉਹ ਬੜੀ ਸ਼ਾਨੋ ਸ਼ੌਕਤ ਨਾਲ ਰਹਿੰਦੇ ਆ, ਔਰ ਇਹਨਾਂ ਦਾ ਇੱਕ ਰਾਜਕੁਮਾਰ ਆਰਗੀ ਉੱਥੇ ਸ਼ਾਨ ਅਤੇ ਚੌਧਰੀ, ਜਿਹੜੀ ਇਹਨਾਂ 'ਚ ਹੈ ਨਾ ਘਾਟ ਹੈ ਉਹ ਨਹੀਂ ਇਹ ਛੱਡਦੇ।
ਬਾਕੀ ਜਿਸ ਏਰੀਏ ਦੇ ਵਿੱਚੋਂ ਕੋਈ MLA ਖੜੋਂਦਾ ਨਾ ਜੀ ਇਲੈਕਸ਼ਨ ਲਈ ਜੀ, ਔਰ ਉਹ ਕਾਮਯਾਬ ਹੁੰਦਾ ਰਹਿੰਦਾ, ਉੱਥੇ ਬੜੇ ਬੜੇ ਬੰਦੇ ਇੰਟੈਲੀਜੈਂਟ ਹੁੰਦੇ ਆ, ਉਹਦੇ ਨਾਲ ਕਾਬਲ ਵੀ ਹੁੰਦੇ ਆ, ਬੁਲਾਰੇ ਵੀ ਹੁੰਦੇ ਆ, ਪਰ ਉਹਨਾਂ ਨੂੰ ਮੋਹਰੇ ਆਉਣ ਦਾ ਮੌਕਾ ਨਹੀਂ ਦਿੰਦੇ। ਇਹੋ ਜਿਹਾ ਢੰਗ ਹਰਬੇ ਤਰੀਕੇ ਵਰਤਦੇ ਆਪੋ ਵਿੱਚ ਇਹ ਕਿ ਉਹਨੂੰ ਨਿਰਉਤਸ਼ਾਹਿਤ ਕਰਦੇ ਰਹਿੰਦੇ ਆ ਵੀ ਇਹਨੂੰ ਮੋਹਰੇ ਨਾ ਆਉਣ ਦਿੱਤਾ ਜਾਵੇ। ਠੀਕ ਆ, ਬਾਦਲ ਪਰਿਵਾਰ ਦੇ ਬਾਰੇ ਕੁਛ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਮਨਪ੍ਰੀਤ ਸਿੰਘ ਨੇ ਵੀ ਇਹ ਗੱਲ ਕਹੀ ਸੀ ਆਪਣੇ ਗੁਰਦਾਸਪੁਰ, ਇੱਕ ਬਹੁਤ ਵੱਡਾ ਚਾਂਸ ਹੋਈ ਨਾ ਜੀ, ਬਈ ਬਾਦਲ ਪਰਿਵਾਰ ਤਾਂ ਇਸ ਵੇਲੇ ਹਰ ਥਾਂ ਤੇ ਜੀ ਉਹਦੇ ਰਿਸ਼ਤੇਦਾਰ ਤਾਂ ਕੋਈ ਘਾਟ ਨਹੀਂ ਰਹੀ, ਹਰ ਤਰ੍ਹਾਂ ਦੇ ਉਹਦੇ ਵੀ ਮਿਲੇ ਆ, ਹੁਣ ਤਾਂ ਲੋਕਾਂ ਨੂੰ ਦੇਣੇ ਚਾਹੀਦੇ ਆ। ਮਨਪ੍ਰੀਤ ਇਹਨਾਂ ਦੇ ਸਗੇ ਭਤੀਜੇ ਨੇ ਵੀ ਇਹ ਕੁਛ ਦਿਨ ਪਹਿਲਾਂ ਗੱਲ ਕਹੀ ਆ। ਪਰ ਦੇਖੋ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਆ ਸੰਧੂ ਸਾਹਿਬ ਇਸ ਚੈਨਲ ਤੇ ਜੀ, ਕਿ ਜਿਹੜੀ ਇਲੈਕਸ਼ਨ ਹੁੰਦੀਆਂ ਨੇ ਸਾਡੇ ਲਈ ਓਪਨ ਆ, ਬਿਲਕੁਲ ਠੀਕ। ਇਹਦੇ ਵਿੱਚ ਚਲੋ ਮੈਂ ਜਾਂ ਮੇਰੇ ਪਰਿਵਾਰ ਦਾ ਕੋਈ ਮੈਂਬਰ ਅੱਜ ਤਾਈਂ ਕੋਈ ਛੋਟੇ ਅਹੁਦੇ ਤੇ ਨਹੀਂ ਜਾ ਸਕਿਆ, ਮੈਂ ਤਾਂ ਟੀਚਰ ਆ, ਟੀਚਰਾਂ ਦਾ ਪਰਿਵਾਰ ਆ ਸਾਡਾ ਜੀ। ਪਰ ਜੇ ਉਹ ਇਲੈਕਸ਼ਨ ਦੇ ਵਿੱਚ ਆਉਂਦੇ ਆ ਤੇ ਲੋਕਾਂ ਨੇ ਸੋਚਣਾ, ਲੋਕਾਂ ਦਾ ਜਿਹੜਾ ਵਿਆਰ ਆ, ਸੋਚ ਆ, ਪੱਧਰ, ਜਿੰਨਾ ਚਿਰ ਲੋਕ ਲਹਿਰ ਨਹੀਂ ਬਣੂਗੀ, ਲੋਕ ਜਾਗਰੂਕ ਨਹੀਂ ਹੋਣਗੇ ਵੀ ਭਾਈ ਅਸੀਂ ਆਪਣੇ ਨੁਮਾਇੰਦੇ ਕਿੱਦਾਂ ਦੇ ਚੁਣਨੇ ਆ, ਆਰਥਿਕ ਮਾਹਰ ਚੁਣਨੇ ਆ, ਸਿਆਸੀ ਚੁਣਨੇ ਆ, ਜਿਹਨਾਂ ਕੋਲ ਵਿਦਵਤਾ ਉਹਨਾਂ ਨੂੰ ਚੁਣਨੀ ਆ, ਜਿਹੜਾ ਜਾ ਕੇ ਇੱਦਾਂ ਦੀਆਂ ਐਗਜ਼ੈਂਪਲ ਐਨਕੀ ਦੇਖ ਲਓ ਤੁਸੀਂ, ਜਿਹੜੀ ਆਪਣੀ ਐਨਕ ਦੀ ਅਸੈਂਬਲੀ ਆ ਉਹਦੇ ਵਿੱਚ ਕਈ ਇਹੋ ਜਿਹੇ MLA ਜ਼ਰੂਰ ਹੋਣਗੇ ਜਿਹਨਾਂ ਨੇ ਇੰਨੇ ਸਾਲਾਂ 'ਚ ਕਦੇ ਉੱਠ ਕੇ ਗੱਲ ਨਹੀਂ ਕੀਤੀ। ਨੋਟ ਮਾਈ ਪੁਆਇੰਟ, ਬਿਲਕੁਲ, ਕਿ ਉਹਨਾਂ ਨੇ ਕੋਈ ਗੱਲ 5-7 ਸਾਲ ਦੇ ਵਿੱਚ ਅਸੈਂਬਲੀ ਦੇ ਵਿੱਚ ਕੋਈ ਗੱਲ ਬੋਲ ਕੇ ਨਹੀਂ ਕੀਤੀ। ਔਰ ਉਹ ਕੁਛ ਇਹੋ ਜਿਹਾ ਲੀਡਰ ਉਹਨਾਂ ਨੇ ਆਪਣੇ ਵੱਡੇ ਇਨਸਾਨਾਂ ਨੇ ਹੱਥਾਂ 'ਚ ਰੱਖੇ ਹੁੰਦੇ ਆ, ਜਿਹੜੇ ਜੈਸਮੈਨ ਹੁੰਦੇ ਆ, ਔਰ ਉਹ ਇਲਾਕੇ 'ਚ ਦੂਜਿਆਂ ਨੂੰ ਉੱਠਣ ਹੀ ਨਹੀਂ ਦਿੰਦੇ। ਸ਼ਕਤੀਆਂ ਉਹਨਾਂ ਨੂੰ ਇੰਨੀਆਂ ਦਿੱਤੀਆਂ ਹੁੰਦੀਆਂ, ਉਹਨਾਂ ਨੇ ਸ਼ਕਤੀਆਂ ਜਿਹੜੀਆਂ ਨਾ ਕੇਂਦਰੀਕਰਨ ਕੀਤਾ ਹੈ, ਦੂਜੇ ਬੰਦੇ ਨੂੰ ਉਹ ਡਿਵੈਲਪ ਕਰਨ ਦਾ ਮੌਕਾ ਨਹੀਂ ਦਿੰਦੇ, ਨਾ ਚਾਂਸ ਦਿੰਦੇ ਆ। ਕੌਣ ਛੱਡਦਾ ਜੀ ਚੌਧਰ? ਬਿਲਕੁਲ, ਪਰ ਜਿਹੜੀ ਲੋਕ ਲੈ ਰਿਹਾ, ਲੋਕ ਜਾਗਰੂਕ ਹੋਣਗੇ, ਲੋਕ ਸਿਆਣੇ ਬਣਨਗੇ, ਉਹ ਵੇਖਣਗੇ ਏਰੀਏ 'ਚ ਮੈਂ ਕਿਹੜਾ ਵਰਕ ਰਿਹਾ, ਕਿਹੜਾ ਸਾਨੂੰ ਉਸ ਤਰ੍ਹਾਂ ਤਬਦੀਲੀ ਆਉਣੀ ਆ, ਉੱਦਾਂ ਨਹੀਂ ਜੀ। ਪ੍ਰੋਫੈਸਰ ਸਾਹਿਬ, ਤੁਸੀਂ 2-3 ਪੁਆਇੰਟ ਬੜੇ ਅਹਿਮ ਪੁਆਇੰਟ ਜਿਹੜੇ ਆ ਅੱਗੇ ਰੱਖੇ ਆ। ਇੱਕ ਤਾਂ ਤੁਸੀਂ ਕਿਹਾ ਕਿ ਬੋਰਡ ਔਰ ਕਾਰਪੋਰੇਸ਼ਨਾਂ ਦੇ ਜਿਹੜੇ ਚੇਅਰਮੈਨ ਲਾਉਂਦੇ ਆ, ਇਹ ਜਿਹੜੇ ਆਪਣੇ ਰਿਸ਼ਤੇਦਾਰ ਜਾਂ ਜਿਹੜੇ ਆਪਣੇ ਨਜ਼ਦੀਕੀ ਲੋਕ ਆ, ਬਿਨਾਂ ਕਾਬਲੀਅਤ ਤੋਂ ਕਈ ਵਾਰ ਉਹਨਾਂ ਨੂੰ ਲਾ ਦਿੱਤਾ ਜਾਂਦਾ। ਮੇਰੇ ਖਿਆਲ ਇੱਕ ਲੋੜ ਹੈ ਇਸ ਵੇਲੇ ਵੀ ਬੋਰਡਸ ਕਾਰਪੋਰੇਸ਼ਨ ਦੀ ਜਿਹੜੀ ਚੇਅਰਮੈਨਸ਼ਿਪ ਆ ਉਹਦਾ ਵੀ ਕੋਈ ਸਿਸਟਮ ਕਾਇਮ ਕੀਤਾ ਜਾਵੇ ਵੀ ਉੱਥੇ ਕੌਣ ਉੱਥੇ ਉਹਦਾ ਚੇਅਰਮੈਨ ਲੱਗ ਸਕਦਾ ਵਾ। ਮੇਰੇ ਖਿਆਲ ਇੱਕ ਲਿਸਟ ਬਣਨੀ ਚਾਹੀਦੀ ਹੈ ਵੀ ਉਹ ਹਾਰਿਆ ਹੋਇਆ MLA ਨਹੀਂ ਹੋਣਾ ਚਾਹੀਦਾ ਜਾਂ ਇਸ ਤਰ੍ਹਾਂ, ਔਰ ਜਾਂ ਉਹਨਾਂ ਦੀਆਂ ਆਹ ਕੁਆਲੀਫਿਕੇਸ਼ਨ ਹੋਣੀ ਚਾਹੀਦੀਆਂ ਵਾ। ਇੱਕ ਤਾਂ ਵਾਕਈ ਇਹ ਇੱਕ ਜਿਹਨੂੰ ਅੰਗਰੇਜ਼ੀ 'ਚ ਆਉਂਦੇ ਨਾ ਸਿਨੇਕੋਰ ਪੋਸਟ ਜਿਹੜੀਆਂ ਵਾ ਉਹ ਸ਼ੁਰੂ ਹੋ ਗਈਆਂ ਵਾ। ਦੂਸਰਾ, ਮਨਪ੍ਰੀਤ ਬਾਦਲ ਨੇ ਜਿਹੜੀ ਟਿੱਪਣੀ ਕੀਤੀ ਆ ਉਹ ਮੇਰੇ ਖਿਆਲ ਕੁਝ ਹੱਦ ਤੱਕ ਜਾਇਜ਼ ਨਹੀਂ ਗੀ, ਕਿਉਂਕਿ 2-4 ਸਾਲ ਪਹਿਲਾਂ ਤੱਕ ਮਨਪ੍ਰੀਤ ਬਾਦਲ ਵੀ ਇਸੇ ਪਰਿਵਾਰ ਦਾ ਹਿੱਸਾ ਸੀ। ਜੇ ਪਰਿਵਾਰਵਾਦ ਦੀ ਆਪਾਂ ਗੱਲ ਕਰੀਏ ਤਾਂ ਮਨਪ੍ਰੀਤ ਬਾਦਲ ਦੀ ਵੀ ਉਸੇ ਲਿਸਟ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਹੀ ਆਉਂਦਾ ਵਾ। ਹੁਣ ਅੱਜ ਉਹ ਪਾਸੇ ਹਟ ਗਿਆ ਅਤੇ ਹੋਰ ਗੱਲ ਆ, ਲੇਕਿਨ ਜਦੋਂ ਪਰਿਵਾਰਵਾਦ ਦੀ ਗੱਲ ਹੁੰਦੀ ਸੀਗੀ ਉਹਦੇ 'ਚ ਉਹਨਾਂ ਦਾ ਨਾਮ ਹੀ ਡੈਫੀਨੇਟਲੀ ਆਉਂਦਾ ਸੀ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਇਹਦੇ 'ਚ ਸਾਡੇ ਵੋਟਾਂ ਦਾ ਸਿਸਟਮ ਆ, ਪਰਿਵਾਰ ਦੇ ਭਾਵੇਂ 5 ਮੈਂਬਰ ਖੜ੍ਹੇ ਹੋ ਜਾਣ, ਜੇ ਲੋਕ ਉਹਨਾਂ ਨੂੰ ਚਾਹੁੰਦੇ ਆ ਅਤੇ ਇਹ ਉਹ ਇਲੈਕਟ ਹੋ ਜਾਣਗੇ, ਨਹੀਂ ਚਾਹੁੰਦੇ ਤਾਂ ਸ਼ਾਇਦ ਇੱਕ ਵੀ ਉਹਨਾਂ 'ਚੋਂ ਇਲੈਕਟ ਨਾ ਹੋਵੇ। ਇਹ ਬਿਲਕੁਲ ਗੱਲ ਠੀਕ ਹੈ, ਲੇਕਿਨ ਇੱਥੇ ਮਸਲਾ ਇਹ ਬਣ ਜਾਂਦਾ ਵਾ ਵੀ ਜਦੋਂ ਤੁਹਾਡੇ ਕੋਲ ਲੈਟਰ ਸੇ ਤੁਹਾਡੀ ਪਾਰਟੀ ਦੇ 60 MLA ਜਿਹੜੇ ਆ ਜਾਂ ਇਸ ਵੇਲੇ ਜਿਵੇਂ ਅਕਾਲੀ ਦਲ ਦੇ 58 MLA ਆ ਉਹ ਇਲੈਕਟ ਹੋ ਕੇ ਆ ਗਏ, ਉਹਨਾਂ 'ਚੋਂ ਤੁਸੀਂ ਮੰਤਰੀ ਦਾ ਅਹੁਦਾ ਕਿਹਨੂੰ ਦੇਣਾ ਵਾ? ਮੰਤਰੀ ਦੇ ਅਹੁਦੇ ਤੁਸੀਂ ਵੱਖਰੇ ਵੱਖਰੇ ਲੋਕਾਂ ਨੂੰ ਵੀ ਦੇ ਸਕਦੇ ਜੇ, ਜਾਂ ਤੁਸੀਂ ਸਾਰੇ ਅਹੁਦੇ ਆਪਣੇ ਪਰਿਵਾਰ ਦੇ ਵਿੱਚ ਹੀ ਇਕੱਠੇ ਰੱਖਣੇ। ਇਹ ਪ੍ਰੋਬਲਮ ਹੈ ਇੱਥੇ। ਹੁਣ ਜਦੋਂ ਬਿਕਰਮ ਸਿੰਘ ਮਜੀਠੀਆ ਪਹਿਲੀ ਵਾਰੀ ਇਲੈਕਸ਼ਨ ਲੜ ਕੇ ਆਏ ਸੀਗੇ 2007 ਦੇ ਵਿੱਚ, ਉਹਨਾਂ ਨੂੰ ਪਹਿਲੀ ਵਾਰੀ ਇਲੈਕਸ਼ਨ ਤੋਂ ਬਾਅਦ ਹੀ ਉਹਨਾਂ ਨੂੰ ਮਿਨਿਸਟਰ ਬਣਾਤਾ, ਔਰ ਇੱਥੇ ਕਈ ਲੋਕ ਜਿਹੜੇ ਸੀ 4-4 ਵਾਰੀ MLA ਬਣ ਕੇ ਵੀ ਹਾਲੀ ਮੰਤਰੀ ਨਹੀਂ ਸੀ ਬਣੇ। ਸੋ ਇੱਥੇ ਇੱਕ ਜਿਹੜਾ ਲਿਹਾਜ਼ ਆ
ਜਾਂ ਫੇਵਰੇਟਿਜ਼ਮ ਆ ਉਹ ਆ ਜਾਂਦੀ ਆ। ਸੋ ਇੱਥੇ ਵੀ ਇੱਕ ਸਿਸਟਮ ਬਣਾਉਣਾ ਚਾਹੀਦਾ ਵਾ ਵੀ ਤੁਸੀਂ ਪਹਿਲੀ ਵਾਰੀ ਜੇ MLA ਬਣੇ ਜੇ ਤਾਂ ਤੁਸੀਂ ਭਾਵੇਂ ਤੁਸੀਂ ਬਾਦਲ ਸਾਹਿਬ ਦੇ ਬੇਟੇ ਜੇ ਜਾਂ ਤੁਸੀਂ ਕਿਆਰੋਂ ਪਰਿਵਾਰ ਤੋਂ ਜੇ ਜਾਂ ਤੁਸੀਂ ਮਜੀਠੀਆ ਪਰਿਵਾਰ ਤੋਂ ਜੇ ਤੁਸੀਂ ਸਿਰਫ MLA ਹੀ ਰਹੋਗੇ, ਐਕਸਪੀਰੀਅੰਸ ਗੇਨ ਕਰੋਗੇ, ਉਸ ਤੋਂ ਬਾਅਦ ਹੀ ਤੁਸੀਂ ਮੰਤਰੀ ਬਣ ਸਕਦੇ। ਕੋਈ ਇਹੋ ਜਿਹਾ ਸਿਸਟਮ ਜਿਹੜਾ ਵਾ ਇਹਦੇ 'ਚ ਕੋਈ ਕਾਨੂੰਨੀ ਤੌਰ 'ਤੇ ਕੋਈ ਪਾਬੰਦੀ ਨਹੀਂ ਲੱਗ ਸਕਦੀ, ਲੇਕਿਨ ਨੈਤਿਕ ਤੌਰ 'ਤੇ ਸਾਨੂੰ ਇਹ ਮਸਲੇ ਜਿਹੜੇ ਆ ਇਹਨਾਂ 'ਤੇ ਧਿਆਨ ਦੇਣ ਦੀ ਲੋੜ ਹੈ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ 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 ਜੀ, ਹਾਂਜੀ ਹੈਲੋ ਜੀ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਗੁਰਮੇਲ ਸਿੰਘ ਬੋਲਦਾ ਜੀ। ਮੈਂ ਗੁਰਮੇਲ ਸਿੰਘ ਕਿੱਥੋਂ ਬੋਲ ਰਹੇ ਜੀ? ਮੈਂ ਅਲਬਨੀ ਨਿਊਯਾਰਕ ਤੋਂ ਜੀ। ਓਕੇ, ਹਾਂਜੀ ਗੁਰਮੇਲ ਸਿੰਘ ਜੀ, ਮੈਂ ਸਿਰਫ ਦੋ ਗੱਲਾਂ ਕਹਿਣੀਆਂ ਚਾਹੁੰਦਾ ਜੀ। ਉਹ ਜੋ ਪਹਿਲੇ ਵੀਰ ਕਹਿ ਕੇ ਗਏ ਨਾ ਬੀਬੀ ਜਗੀਰ ਕੌਰ ਵਾਸਤੇ ਜੀ, ਹਾਂਜੀ ਦੇਖ, ਜੇ ਬੀਬੀ ਜਗੀਰ ਕੌਰ ਕਿਸੇ ਦਾ ਇੱਕ ਦਾ ਕੰਮ ਸਹੀ ਕਰ ਜਾਂਦੀ, ਇਹਦਾ ਇਹ ਮਤਲਬ ਨੀ ਉਹ ਚੰਗੀ ਲੀਡਰ ਬਣ ਗਈ ਆ ਜੀ। ਜੋ ਉਸਨੇ ਕੰਮ ਕੀਤੇ ਆ, ਜੇ ਉਸ ਤੇ ਝਾਤੀ ਮਾਰੀਏ ਤੇ ਦੂਸਰੇ ਲੀਡਰਾਂ ਦੇ ਸਿਰ ਨੀਵੇਂ ਹੋ ਜਾਂਦੇ ਆ। ਆਪਣੀ ਦੀ ਬੇਟੀ ਉਹ ਕਤਲ ਉਹਨੇ ਆਪਣੀ ਖੁਦ ਕੀਤੀ ਜੀ। ਤੇ ਦੂਸਰਾ ਦੇਖੋ, ਜੇਲ ਜਾ ਕੇ ਆਈ, ਜੇ ਉਹ ਅੱਛੀ ਲੀਡਰ ਹੋਵੇ ਤੇ ਉਹ ਤੋਂ ਪਬਲਿਕ ਕੀ ਸਿੱਖੇਗੀ? ਅੱਛੀ ਲੀਡਰ ਹੋ ਕੇ ਆਪਣੀ ਬੱਚੀ ਨੂੰ ਆਪ ਉਸਨੇ ਮਾਰਿਆ ਜੀ, ਤੇ ਖੁਦ ਜੇਲ ਚ ਜਾ ਕੇ ਉਸ ਉਹ ਮੇਰੇ ਵੀਰ ਨੂੰ ਇਹ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਉਸਨੇ ਕਿਹੜੇ ਕੰਮ ਕੀਤੇ। ਜੇ ਉਹਦੀ ਕੋਈ ਰਿਸ਼ਤੇਦਾਰ ਕੋਈ ਉਹਦਾ ਕੰਮ ਕਰਵਾ ਤਾਂ ਇਹ ਨਹੀਂ ਵੀ ਉਹ ਅੱਛੀ ਲੀਡਰ ਬਣ ਗਈ ਹੈ। ਤੇ ਇਸ ਤਰ੍ਹਾਂ ਦੇ ਬਹੁਤ ਲੀਡਰ ਹੈ ਇਸ ਤਰ੍ਹਾਂ ਦੇ, ਮਤਲਬ ਕਹਿਣ ਦਾ ਮੇਰਾ ਕੋਈ ਚੰਗਾ ਲੀਡਰ ਮੂਹਰੇ ਆਉਣਾ ਚਾਹੀਦਾ। ਇੰਨੀ ਗੱਲ ਮੈਂ ਕਹਿਣੀ ਚਾਹੁੰਦਾ, ਥੈਂਕ ਯੂ ਜੀ। ਨਹੀਂ ਗੁਰਮੇਲ ਸਿੰਘ ਜੀ, ਤੁਸੀਂ ਸਹੀ ਕਿਹਾ। ਦੇਖੋ ਉਹਨਾਂ ਦਾ ਮਤਲਬ ਇਹ ਸੀਗਾ, ਉਹਨਾਂ ਦਾ ਕੰਮ ਤਾਂ ਜ਼ਰੂਰ ਹੋ ਗਿਆ, ਲੇਕਿਨ ਉਹਨਾਂ ਦਾ ਮਤਲਬ ਸੀ ਵੀ ਕਿੱਚੜ ਨਹੀਂ ਸੁੱਟਣਾ ਚਾਹੀਦਾ। ਬਾਕੀ ਤੁਸੀਂ ਕ੍ਰਿਟੀਸਾਈਜ਼ ਕਰੋ, ਆਲੋਚਨਾ ਕਰੋ, ਉਹਦੇ 'ਚ ਕੋਈ ਮੈਂ ਤੁਸੀਂ ਜਿਵੇਂ ਹੁਣ ਗੱਲ ਕੀਤੀ ਆ, ਬਿਲਕੁਲ ਜਗੀਰ ਕੌਰ 'ਤੇ ਬੜੇ ਸੀਰੀਅਸ ਇਲਜ਼ਾਮ ਨੇ, ਉਹਨਾਂ ਦੀ ਬੇਟੀ ਦਾ ਜਿਹੜਾ ਮਰਡਰ ਹੋਇਆ ਵਾ ਉਹਦੇ 'ਤੇ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ। ਉਸ ਤੋਂ ਬਾਅਦ ਵੀ ਉਹਨਾਂ ਦਾ ਇੱਕ ਹੋਰ ਜਿਹੜੀ ਬਹੁਤ ਨਿਖੇਧੀ ਜਿਹੜੀ ਚੀਜ਼ ਕਰਕੇ ਹੋਣੀ ਚਾਹੀਦੀ ਆ ਉਹ ਇਹ ਵੀ ਆ ਕਿ ਜਦੋਂ ਉਹ SGPC ਦੇ ਪ੍ਰਧਾਨ ਸੀ ਅਤੇ ਉਦੋਂ ਜਿਹੜੀਆਂ ਗੁਰਬਾਣੀ ਦੀਆਂ ਰਾਈਟਸ ਆ, ਗੁਰਬਾਣੀ ਸਾਰੇ ਲੋਕਾਂ ਦੀ ਸਾਂਝੀ ਹੁੰਦੀ ਆ, ਇਨਫੈਕਟ ਉਹਦੀਆਂ ਰਾਈਟਸ ਜਿਹੜੀਆਂ ਸਿਰਫ ਇੱਕ ਚੈਨਲ ਨੂੰ ਦਿੱਤੀਆਂ ਗਈਆਂ, ਔਰ ਉਹ ਜਿਹੜੀ ਸਿਸਟਮ ਜਿਹੜਾ ਸੀਗਾ ਉਹ ਪਾਰਦਰਸ਼ੀ ਸਿਸਟਮ ਨਾਲ ਇਹ ਕੰਮ ਨਹੀਂ ਹੋਇਆ, ਅੱਜ ਵੀ ਉਹੀ ਸਿਸਟਮ ਚੱਲ ਰਿਹਾ ਵਾ। ਸੋ ਮੇਰੇ ਖਿਆਲ ਇਹਨਾਂ ਗੱਲਾਂ 'ਤੇ ਆਪਾਂ ਡੈਫੀਨੇਟਲੀ ਇੱਕ ਵਿਚਾਰ ਚਰਚਾ ਕਰਨ ਦੀ ਲੋੜ ਆ ਕੀ ਉਹਨਾਂ ਨੇ ਜੋ ਕੀਤਾ ਉਹ ਸਹੀ ਕੀਤਾ ਕਿ ਨਹੀਂ ਕੀਤਾ। ਲੇਕਿਨ ਕੁਝ ਲੋਕਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਆ, ਮੇਰੇ ਖਿਆਲ ਉਹਦੇ ਬਾਰੇ ਆਪਾਂ ਨੂੰ ਬਹੁਤੀ ਗੱਲ ਨਹੀਂ ਕਰਨੀ ਚਾਹੀਦੀ। ਇਹ ਵੈਸੇ ਇਹ ਵੀ ਗੱਲ ਹੈ ਕਿ ਕਈ ਲੋਕਾਂ ਦੀ ਜਿਹੜੀ ਜੋ ਸਿਆਸਤ 'ਚ ਆ ਜਾਂਦੇ ਤੁਸੀਂ ਅਤੇ ਕੁਝ ਹਿੱਸਾ ਜਿਹੜਾ ਤੁਹਾਡੀ ਨਿੱਜੀ ਜ਼ਿੰਦਗੀ ਦਾ ਜਿਹੜਾ ਵਾ ਉਹ ਵੀ ਲੋਕਾਂ ਦੇ ਸਾਹਮਣੇ ਆਉਣ ਲੱਗ ਪੈਂਦਾ ਵਾ। ਇੱਕ ਹੋਰ ਕਾਲਰ ਅਸੀਂ ਲੈ ਕੇ ਉਹਨਾਂ ਤੋਂ ਬਾਅਦ ਫਿਰ ਅਸੀਂ ਬ੍ਰੇਕ ਲਵਾਂਗੇ। ਹੈਲੋ ਹੈਲੋ, ਹਾਂਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੰਧੂ ਸਾਹਿਬ, ਮੈਂ ਹਰਮਿੰਦਰ ਸੰਧੂ ਬੋਲ ਰਿਹਾ ਮਿਸ਼ੀਗਨ ਤੋਂ। ਹਾਂਜੀ ਹਰਮਿੰਦਰ ਜੀ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ। ਹਾਂਜੀ ਹਾਂਜੀ ਸੰਧੂ ਸਾਹਿਬ, ਕਾਫੀ ਦੇਰ ਬਾਅਦ ਆਪਣੀ ਗੱਲਬਾਤ ਹੋ ਰਹੀ ਹੈ ਤੇ ਥੈਂਕ ਯੂ ਫੋਰ ਟੇਕਿੰਗ ਮਾਈ ਕਾਲ। ਤੁਹਾਡਾ ਅੱਜ ਦਾ ਟੌਪਿਕ ਕਾਫੀ ਵਧੀਆ ਹੈਗਾ, ਜਿਵੇਂ ਤੁਸੀਂ ਕਿਹਾ ਹੈਗਾ ਵੀ ਯੂ ਨੋ ਫੈਮਿਲੀਜ਼ ਨੂੰ ਸਾਰੇ ਜਾਣੇ ਅੱਗੇ ਲੈ ਕੇ ਆ ਰਹੇ ਹੈਗੇ ਆ, ਤੇ ਉਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਨਾ ਉਹ ਕਹਿੰਦੇ ਡੈਮੋਕ੍ਰੇਸੀ ਨਹੀਂ ਰਹਿੰਦੀ ਸੀ, ਉਹ ਡਾਇਨੈਸਟੀ ਬਣ ਜਾਂਦੀ ਹੈ। ਅਸੀਂ ਦੇਖਿਆ ਨਹਿਰੂ ਪਰਿਵਾਰ ਨੇ ਜੋ ਕੁਛ ਕੀਤਾ ਹੈਗਾ, ਨਹਿਰੂ ਜਵਾਹਰ ਲਾਲ ਨਹਿਰੂ ਤੋਂ ਬਾਅਦ ਇੰਦਰਾ ਗਾਂਧੀ, ਫਿਰ ਰਾਜੀਵ ਗਾਂਧੀ, ਤੇ ਅੱਗੋਂ ਉਹਨਾਂ ਦੇ ਹੁਣ ਯੂ ਨੋ ਬੱਚੇ ਪੋਲੀਟਿਕਸ ਦੇ ਵਿੱਚ ਆ ਰਹੇ ਹੈਗੇ ਆ। ਇਹ ਇਹ ਗੱਲ ਤੇ ਚਲੋ ਯੂ ਨੋ ਇਹ ਚੰਗੀ ਨਹੀਂ ਹੈਗੀ ਲੋਕਤੰਤਰ ਵਾਸਤੇ, ਪਰ ਬਾਕੀ ਜਿਹੜੀ ਦੂਜੀ ਗੱਲ ਹੈਗੀ ਹੈ ਉਹ ਇਹਨਾਂ ਨੂੰ ਲਿਮਿਟ ਕਰਨੀ ਚਾਹੀਦੀ ਹੈਗੀ ਹੈ। ਜਿਵੇਂ ਇੱਥੇ US 'ਚ ਹੈਗਾ ਵੀ ਤੁਸੀਂ ਦੋ ਟਰਮਸ ਤੋਂ ਬਾਅਦ ਤੁਸੀਂ ਪ੍ਰੈਜੀਡੈਂਟ ਨਹੀਂ ਬਣ ਸਕਦੇ ਹੈਗੇ, ਤੇ ਆਈ ਥਿੰਕ ਇਫ ਯੂ ਕੈਨ ਲਿਮਿਟ ਦੋਜ਼ ਆਈਟਮਸ ਦੈਟ ਵਿਲ ਡੈਫੀਨੇਟਲੀ ਹੈਲਪ
you know, put these things away, bringing your family into the politics. As a matter of fact, ਜੇ ਤੁਸੀਂ ਦੇਖੋ ਹੁਣ ਯੂ ਨੋ ਪਹਿਲਾਂ ਜਾਰਜ ਬੁਸ਼ ਸੀਨੀਅਰ ਸੀਗੇ ਪ੍ਰੈਜ਼ੀਡੈਂਟ, ਫਿਰ ਉਸ ਤੋਂ ਬਾਅਦ ਜਾਰਜ ਬੁਸ਼ ਜੂਨੀਅਰ ਆਏ ਹੈਗੇ ਆ, ਅਤੇ ਹੁਣ ਜੈਬ ਬੁਸ਼ ਨੇ ਆਪਣੀ ਅਨਾਊਂਸਮੈਂਟ ਕੀਤੀ ਹੈਗੀ ਹੈ ਕਿ ਉਹ 2016 ਦੇ ਵਿੱਚ ਉਹ ਪ੍ਰੈਜ਼ੀਡੈਂਟ ਵਾਸਤੇ ਉਹ ਰਿਪਬਲਿਕਨ ਪਾਰਟੀ ਤੋਂ ਲੜਨਗੇ, ਅਤੇ ਇਨਫੈਕਟ ਉਹਨਾਂ ਦੀ ਫੈਮਿਲੀ ਵੱਲੋਂ ਹੀ ਉਹਨਾਂ ਦਾ ਵਿਰੋਧ ਥੋੜ੍ਹਾ ਬਹੁਤਾ ਹੋਇਆ ਵੀ ਇੱਦਾਂ ਨਹੀਂ ਹੋਣਾ ਚਾਹੀਦਾ ਹੈਗਾ, ਬਿਕੋਜ਼ ਇਹ ਜਿਹੜੀ ਹੈਗੀ ਹੈ ਇਹ ਲੋਕਤੰਤਰ ਨਹੀਂ ਫਿਰ ਰਹਿ ਜਾਂਦਾ ਹੈਗਾ, ਇਹ ਰਾਜਸ਼ਾਹੀ ਬਣ ਜਾਂਦੀ ਹੈਗੀ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਬਹੁਤ ਵਧੀਆ ਤੁਸੀਂ ਉਦਾਹਰਣ ਦਿੱਤੇ ਆ, ਬਹੁਤ ਵਧੀਆ ਸਿਸਟਮੈਟਿਕ ਤਰੀਕੇ ਨਾਲ ਤੁਸੀਂ ਆਹ ਗੱਲ ਜਿਹੜੀ ਹੈ ਇਹ ਸਾਹਮਣੇ ਲਿਆਂਦੀ ਆ। ਬਾਕੀ ਮੁਲਕਾਂ ਦੇ ਵਿੱਚ ਵੀ ਪਰਿਵਾਰਵਾਦ ਕਿਸੇ ਨਾ ਕਿਸੇ ਤਰੀਕੇ ਨਾਲ ਸਾਹਮਣੇ ਆਉਂਦਾ ਵਾ, ਲੇਕਿਨ ਉੱਥੇ ਲੋਕ ਆਪ ਹੀ ਇਸ ਚੀਜ਼ ਦਾ, ਪਰਿਵਾਰ ਆਪ ਹੀ ਇਸ ਚੀਜ਼ ਦੀ ਉੱਤੇ ਦੁਬਾਰਾ ਮੁੜ ਝਾਤੀ ਮਾਰਨ ਲੱਗ ਪੈਂਦੇ ਆ, ਆਲੋਚਨਾ ਕਰਨ ਲੱਗ ਪੈਂਦੇ ਆ। ਔਰ ਇਹ ਮਸਲਾ ਆਪਾਂ ਇਸੇ ਤਰ੍ਹਾਂ ਹੀ ਵਿਚਾਰਦੇ ਰਹਾਂਗੇ। ਹੁਣ ਸਮਾਂ ਹੋ ਗਿਆ ਇੱਕ ਹੋਰ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮੈਂ ਜਲਦ ਵਾਪਸ ਆ ਰਿਹਾ ਹਾਂ। ਵੈਲਕਮ ਬੈਕ, ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਔਰ ਬਾਕੀ ਮੁਲਕ ਦੇ ਹਿੱਸਿਆਂ ਦੇ ਵਿੱਚ ਪਰਿਵਾਰਵਾਦ ਦੀ, ਸਿਆਸਤ ਦੇ ਵਿੱਚ ਪਰਿਵਾਰਵਾਦ ਦੀ। ਵੈਸੇ ਤਾਂ ਜਿਵੇਂ ਹੁਣ ਸਾਡੇ ਕਾਲਰ ਹਰਵਿੰਦਰ ਸੰਧੂ ਨੇ ਦੱਸਿਆ, ਹੁਣ ਦੂਜੇ ਮੁਲਕਾਂ 'ਚ ਵੀ ਇਹੋ ਹੀ ਕੰਮ ਜਿਹੜਾ ਵਾ ਇੱਕ ਤਰੀਕੇ ਨਾਲ ਸ਼ੁਰੂ ਹੋ ਗਿਆ ਲੱਗਦਾ ਵਾ। ਅਮੈਰੀਕਾ 'ਚ ਤੁਸੀਂ ਦੇਖਿਆ ਹੀ ਆ ਕਿ ਕਿਵੇਂ ਕੈਨੇਡੀ, ਬੁਸ਼ ਅਤੇ ਕਲਿੰਟਨ ਪਰਿਵਾਰ ਹੁਣ ਇੱਕ ਤਰੀਕੇ ਨਾਲ ਪੂਰੀ ਤਰ੍ਹਾਂ ਸਿਆਸਤ ਦੇ ਵਿੱਚ ਜਾਂ ਰਹੇ ਆ ਅਤੇ ਜਾਂ ਹੁਣ ਆ ਰਹੇ ਨੇ। ਪਰ ਉੱਥੇ ਜਿਵੇਂ ਉਹਨਾਂ ਨੇ ਦੱਸਿਆ ਇੱਕ ਫਰਕ ਆ, ਉੱਥੇ ਟੈਨਿਓਰ ਫਿਕਸਡ ਆ ਵੀ ਦੋ ਟਰਮਸ ਤੋਂ ਬਾਅਦ ਤੁਸੀਂ ਕੋਈ ਸਿਆਸੀ ਲੀਡਰ ਜਿਹੜਾ ਵਾ ਉਹ ਦੁਬਾਰਾ ਇਲੈਕਸ਼ਨ ਜਿਹੜਾ ਪ੍ਰੈਜ਼ੀਡੈਂਟ ਵਾਸਤੇ ਬਿਡ ਨਹੀਂ ਕਰ ਸਕਦਾ। ਸੋ ਇਹਦੇ ਵਾਸਤੇ ਇਹਦੇ ਕਰਕੇ ਇੱਕ ਬਹੁਤ ਵੱਡੀ ਇੱਕ ਤਰੀਕੇ ਨਾਲ ਚੈੱਕ ਹੈ। ਸੋ ਇਹੋ ਜਿਹਾ ਸਿਸਟਮ ਸਾਡੇ ਇੱਥੇ ਵੀ ਮੇਰੇ ਖਿਆਲ ਲਿਆਉਣ ਦੀ ਲੋੜ ਆ। ਬਰੋਡਲੀ ਸ਼ਾਇਦ ਇਹ ਕਾਨੂੰਨੀ ਮਸਲਾ ਘੱਟ, ਨੈਤਿਕ ਅਤੇ ਸਮਾਜਿਕ ਮਸਲਾ ਜਿਹੜਾ ਵਾ ਇਹ ਜ਼ਿਆਦਾ ਵਾ। ਕਿਸ ਸਿਆਸੀ ਪਰਿਵਾਰ ਦੇ ਲੀਡਰ ਨੂੰ ਕਾਬਲੀਅਤ ਕਰਕੇ ਪ੍ਰਮੁੱਖਤਾ ਆਪਾਂ ਨੂੰ ਦੇਣੀ ਚਾਹੀਦੀ ਆ ਅਤੇ ਕਿਸ ਨੂੰ ਨਹੀਂ ਦੇਣੀ ਚਾਹੀਦੀ, ਇਹ ਲੋਕਾਂ ਨੇ ਯਾਨੀ ਤੁਸੀਂ ਅਤੇ ਮੈਂ ਇਹ ਮੇਰੇ ਖਿਆਲ ਜਿਹੜਾ ਵਾ ਫੈਸਲਾ ਕਰਨਾ। ਇਸ ਮਸਲੇ 'ਤੇ ਜਿਹੜੇ ਸੱਜਣ ਸਾਡੇ ਨਾਲ ਜੁੜੇ ਆ ਅਸੀਂ ਉਹਨਾਂ ਦੇ ਵਿਚਾਰ ਵੀ ਸਾਂਝੇ ਕਰਦੇ ਹਾਂ। ਹੈਲੋ, ਹਾਂਜੀ ਸੰਧੂ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ? ਕਰਮ ਸਿੰਘ ਸੰਘਾ ਬੋਲ ਰਿਹਾ ਜੀ, ਫਰੇਜ਼ਨਾ ਤੋਂ ਦੁਆਰਾ ਕੱਲ੍ਹ ਆ ਗਈ ਮੇਰੀ, ਅੱਜ ਲੱਗੀ ਆ ਮੈਂ। ਹਾਂਜੀ ਹਾਂਜੀ ਹਾਂਜੀ, ਫਰੇਜ਼ਨਾ ਤੋਂ ਦੱਸੋ ਸੰਘਾ ਸਾਹਿਬ, ਤੁਹਾਡੀ ਆਪਣੀ ਗੱਲ ਹੋ ਨਹੀਂ ਸੀ ਗਈ? ਹਾਂਜੀ ਹੋ ਗਈ ਸੀ, ਪਹਿਲਾਂ ਦੋ ਗੱਲਾਂ ਹੋ ਰਹੀਆਂ ਮੇਰੇ। ਦੱਸੋ ਦੱਸੋ। ਗੱਲ ਇਹ ਹੈ ਇਹਨਾਂ ਨੇ ਨਾ ਪੋਲਿਟਿਕਸ ਨੂੰ ਬਿਜ਼ਨਸ ਬਣਾ ਲਿਆ, ਵੀ ਬਿਜ਼ਨਸ ਗਾਂਧੀ ਕਾ ਪਰਿਵਾਰ ਚਲਾਈ ਚੱਲਣ। ਹਾਂ ਹਾਂ। ਤੇ ਦੂਜੀ ਗੱਲ ਇਹ ਜੀ, ਇੱਕ ਨਾ ਮਤਲਬ ਆਪਣੇ ਇੱਥੇ ਮੀਡੀਆ ਤੇ ਰੌਲਾ ਬਹੁਤ ਪੈਂਦਾ ਵੀ ਮੀਡੀਆ ਨੂੰ ਇੱਕ ਹੋਣਾ ਚਾਹੀਦਾ, ਮੀਡੀਆ ਨੂੰ ਸੱਚ ਬੋਲਣਾ ਚਾਹੀਦਾ, ਸਾਰੇ ਨੂੰ ਇਕੱਠੇ ਹੋਣਾ ਚਾਹੀਦਾ, ਕਿੱਥੇ ਸਾਡੇ ਚੈਨਲ ਹੋਰ ਚੱਲਦਾ। ਹਾਂ ਹਾਂ। ਤੇ ਕਿਸੇ ਬੰਦੇ ਨੇ ਕੱਲ ਤੁਹਾਡਾ ਨਾਂ ਲਿਆ, ਕਹਿੰਦਾ ਵੀ ਤੁਹਾਡਾ ਹੀ ਪ੍ਰੋਗਰਾਮ ਚੱਲਦਾ, ਇੱਥੇ ਕਵਰ ਸੰਤੁਲਨ ਚੱਲਦਾ ਸੀਗਾ। ਹਾਂਜੀ। ਅੱਛਾ, ਉਹ ਬੰਦਾ ਕਹਿੰਦਾ ਨਾ ਕਵਰ ਸੰਧੂ ਦਾ ਰਾਗ ਰਤਨ ਨਾ ਗਾਇਆ ਕਰੋ ਮੇਰੇ ਕੋਲੇ। ਅੱਛਾ, ਕੋਈ ਗੱਲ ਨੀ। ਇੱਕ ਪਾਸੇ ਤਾਂ ਮੀਡੀਆ ਕਹਿ ਰਿਹਾ ਵੀ ਆਪਾਂ ਮੀਡੀਆ ਇਕੱਠੇ ਹੋਈਏ, ਹੁਣ ਜਦੋਂ ਬੰਦਾ ਉਹ ਤਾਂ ਇੱਥੋਂ ਬੋਲ ਬੈਠਾ ਅਮਰੀਕਾ ਤੋਂ ਇੰਡੀਆ ਦੇ ਬਰਾਬਰ ਵਿਰੁੱਧ ਜਾਂ ਸੱਚ ਬੋਲਿਆ, ਇੱਕ ਤੁਸੀਂ ਜਿਹੜੇ ਬੈਠੇ ਆ ਜਾਂ ਵਿਰੁੱਧ ਜਾਂ ਸੱਚ, ਮੈਂ ਇੱਕੋ ਬਾਡੀ ਯੂਜ਼ ਕਰਾਉਣ ਵਾਸਤੇ। ਚਲੋ ਕੋਈ ਗੱਲ ਨਹੀਂ ਜੀ, ਹਰ ਬੰਦੇ ਦਾ ਆਪਣਾ ਨਜ਼ਰੀਆ ਦਾ ਭਾਈ ਸਾਹਿਬ ਸੰਘਾ ਸਾਹਿਬ, ਇਸ ਤਰ੍ਹਾਂ ਵਾ ਕੋਈ ਆਪਾਂ ਕਿਸੇ ਦਾ ਮੂੰਹ ਬੰਦ ਕਰ ਨਹੀਂ ਸਕਦੇ। ਔਰ ਇਹ ਡੈਮੋਕ੍ਰੇਸੀ ਦੇ ਵਿੱਚ ਔਰ ਵੈਸੇ ਵੀ ਦੁਨੀਆ ਦੇ ਵਿੱਚ ਦੁਨੀਆ 'ਚ ਹਰ ਟਾਈਪ ਦਾ ਬੰਦਾ ਵਾ, ਤਦੇ ਹੀ ਤਾਂ ਇੰਨੀ ਦੁਨੀਆ ਜਿਹੜੀ ਆ ਉਹਦੇ ਇੰਨੇ ਚੰਗੇ ਇੰਨੇ ਰੰਗ ਆ। ਸੋ ਮੇਰੇ ਖਿਆਲ ਆਪਾਂ ਸਾਰਿਆਂ ਨੂੰ ਇੱਕ ਦੂਜੇ ਨਾਲ ਕੋਸ਼ਿਸ਼ ਕਰਨੀ ਚਾਹੀਦੀ ਰਲ ਮਿਲ ਕੇ, ਕਈ ਵਾਰ ਸੁਰ ਨਹੀਂ ਵੀ ਮਿਲਦੀ, ਕੋਈ ਗੱਲ ਨਹੀਂ। ਸੰਘ ਸਾਹਿਬ ਕੁਛ ਹੋਰ ਵੀ ਗੱਲ ਕਰਨੀ? ਨਹੀਂ, ਯੂ ਆਰ ਸੋ ਨਾਈਸ, ਤੁਸੀਂ ਫਿਰ ਵੀ ਵਧੀਆ ਬੋਲੇ ਆ।
ਮਿਹਰਬਾਨੀ, ਬਹੁਤ ਮਿਹਰਬਾਨੀ, ਥੈਂਕ ਯੂ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ 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 ਹਾਂਜੀ ਹਾਂਜੀ, ਮੈਂ ਮਿਹਰ ਸਿੰਘ ਬੋਲਦਾ, ਥੋੜ੍ਹਾ ਜਿਹਾ ਉੱਚੀ ਬੋਲਣਾ ਪੈਣਾ ਤੁਹਾਨੂੰ ਜੀ। ਹੈਲੋ ਮਿਹਰ ਸਿੰਘ ਬੋਲਦਾ ਜੀ, ਮੈਂ ਕੈਲੀਫੋਰਨੀਆ ਤੋਂ। ਹਾਂਜੀ ਭਾਈ ਸਾਹਿਬ, ਦੱਸੋ ਕੀ ਕਹਿਣਾ ਚਾਹੁੰਦੇ ਜੇ ਜੀ। ਮੈਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਵੀ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਰਿਹਾ ਸੀਗਾ, ਤੁਸੀਂ ਵੀ ਰਹੇ ਪੰਜਾਬੀ ਟ੍ਰਿਬਿਊਨ 'ਚ। ਬੜੀ ਖੁਸ਼ੀ ਦੀ ਗੱਲ ਆ, ਤੁਹਾਡੇ ਨਾਲ ਮੇਰੀ ਗੱਲ ਹੋ ਰਹੀ ਅੱਜ। ਹਾਂਜੀ ਹਾਂਜੀ, ਤਾਂ ਹੋਰ ਗੱਲ ਕਰੀ ਜਾਂਦੇ। ਹਾਂਜੀ ਹਾਂਜੀ, ਗੱਲ ਕਰੋ ਭਾਈ ਸਾਹਿਬ, ਤੁਸੀਂ ਔਨ ਏਅਰ ਜੇ। ਅੱਛਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮਹੇਸ਼ ਸਿੰਘ ਬੋਲਦਾ ਜੀ, ਕੈਲੀਫੋਰਨੀਆ ਤੇ ਟਰਲਕ ਤੋਂ ਕੈਲੀਫੋਰਨੀਆ। ਓਕੇ, ਹਾਂਜੀ ਹਾਂਜੀ ਮਹੇਸ਼ ਸਿੰਘ ਜੀ, ਮੈਂ ਕੁਰਾਲੀ ਤੋਂ ਆਇਆ, ਇੱਥੇ ਆਇਆ ਹੋਇਆ ਇੱਥੇ ਆਪਣੇ ਰਿਸ਼ਤੇਦਾਰਾਂ ਦੇ। ਓਕੇ ਓਕੇ, ਮੈਂ ਪੰਜਾਬੀ ਟ੍ਰਿਬਿਊਨ ਦਾ ਸਿੰਗਰ ਹਾਂ ਕੁਰਾਲੀ ਤੋਂ। ਓਕੇ ਓਕੇ ਓਕੇ, ਲਓ ਬੜੀ ਹੈ ਤੇ ਤੁਸੀਂ। ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਇੱਥੇ ਉੱਥੇ ਕਿਹੋ ਜਿਹਾ ਮੌਸਮ ਹੈ ਅੱਜ ਕੱਲ੍ਹ ਇੱਥੇ ਤੇ ਸਾਡੇ ਤੁਹਾਡੇ ਕੁਰਾਲੀ ਜਿੱਥੋਂ ਤੁਸੀਂ ਗਏ ਜੀ, ਉੱਥੇ ਤੇ ਅੱਜ ਕੱਲ੍ਹ ਬਾਰਿਸ਼ਾਂ ਪੂਰੀਆਂ ਹੋ ਰਹੀਆਂ ਜਿਵੇਂ ਚੰਡੀਗੜ੍ਹ 'ਚ ਹੋ ਰਹੀਆਂ। ਇੱਥੇ ਮੌਸਮ ਬਹੁਤ ਵਧੀਆ ਜੀ, ਸ਼ਾਮ ਨੂੰ ਬੜੀ ਸੋਹਣੀ ਮੌਸਮ ਠੰਡਾ ਹੋ ਜਾਂਦਾ, ਬਹੁਤ ਵਧੀਆ ਰਹਿਣ ਨੂੰ ਬੜਾ ਅੱਛਾ ਜੀ। ਮੈਂ ਬੜਾ ਪ੍ਰਭਾਵਿਤ ਹਾਂ ਇਸ ਇਲਾਕੇ ਤੋਂ, ਇੰਨਾ ਵਧੀਆ ਇਹਨਾਂ ਨੇ ਮੇਨਟੇਨ ਕੀਤਾ ਹੋਇਆ, ਸਫਾਈ ਕਿਹਾ, ਟ੍ਰੈਫਿਕ ਕਿਹਾ, ਐਜੂਕੇਸ਼ਨ ਕੀ, ਬੜੀ ਮੈਨੂੰ ਵੈਰੀ ਮੱਚ ਇੰਪ੍ਰੈਸਡ। ਪਰ ਵੇਖਿਓ ਕਿਤੇ ਇੰਨੇ ਇੰਪ੍ਰੈਸ ਨਾ ਹੋ ਜਾਓ ਵੀ ਵਾਪਸ ਨਾ ਆਇਓ, ਤੁਹਾਡੀ ਇੱਥੇ ਵੀ ਲੋੜ ਆ। ਵਾਪਸ ਆ ਰਹੇ ਹਾਂ ਜੀ ਮੈਮ 3 ਅਗਸਤ ਨੂੰ। ਮਿਹਰਬਾਨੀ, ਤਾਂ ਮੈਂ ਇਹੀ ਗੱਲ ਕਰਨੀ ਚਾਹੁੰਦਾ ਸੀ ਜੀ, ਡਿਵੈਲਪਮੈਂਟ ਦੇ ਮਹਾਰਾਜ ਜੀ ਭਾਵੇਂ ਇਹ ਜੋ ਮਰਜ਼ੀ ਕਰਨ, ਆਪਣੇ ਮੰਤਰੀ ਬਣਾਈਆਂ ਜੋ ਮਰਜ਼ੀ ਕਰੀ ਜਾਣ, ਪਰ ਡਿਵੈਲਪਮੈਂਟ ਹੋਣੀ ਚਾਹੀਦੀ ਆ। ਮੈਂ ਸਾਡੇ ਕੁਰਾਲੀ ਦੇ ਵਿੱਚ 5 ਸਾਲ ਹੋ ਗਏ ਸੀਵਰੇਜ ਪੈਂਦੇ ਨੂੰ, ਅੱਜ ਤੱਕ ਕੰਪਲੀਟ ਨਹੀਂ ਹੋਇਆ ਹੈਗਾ, ਸੜਕਾਂ ਨਹੀਂ ਬਣੀਆਂ, ਗਲੀਆਂ ਨਹੀਂ ਬਣੀਆਂ ਜੀ ਜੀ ਜੀ। ਅਤੇ ਕਹਿਣ ਦਾ ਮਤਲਬ ਵੀ ਇਹ ਭਾਵੇਂ ਜੋ ਮਰਜ਼ੀ ਕਰਨ, ਪਰ ਡਿਵੈਲਪਮੈਂਟ ਸਟੇਟ ਦੀ ਜ਼ਰੂਰ ਹੋਣੀ ਚਾਹੀਦੀ। ਜਿਹੜੇ ਹੁਣ ਬਾਹਰ ਕੈਲੀਫੋਰਨੀਆ ਇੱਥੇ ਆਏ ਹੋਏ ਆ, ਜਿਹੜੇ ਲੀਡਰ ਆ, ਹੁਣ ਲੋਕਾਂ ਨੂੰ ਐਂ ਦੱਸ ਰਹੇ ਆ ਵੀ ਭਾਜੀ ਅਸੀਂ ਇੱਥੇ ਕੀ ਕਰਤਾ, ਲਿਆ ਤਾਂ ਖਰੇ ਸਵਰਗੀ ਬਣਾ ਤਾ। ਬਿਲਕੁਲ ਠੀਕ ਹੈ ਜੀ, ਡਿਵੈਲਪਮੈਂਟ ਇਨਫੈਕਟ ਸ਼ਹਿਰਾਂ ਦੀ ਕਾਫੀ ਮਾੜੀ ਹਾਲਤ ਆ, ਔਰ 16 ਸ਼ਹਿਰਾਂ ਵਾਸਤੇ ਤੁਸੀਂ ਵੇਖਿਆ ਹੀ ਆ ਵੀ ਸੈਂਟਰਲ ਗਵਰਨਮੈਂਟ ਨੇ ਕੁਝ ਪੈਸਾ ਵੀ ਪੰਜਾਬ ਗਵਰਨਮੈਂਟ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਵਾ। 16 ਸ਼ਹਿਰਾਂ ਦੀ ਇੱਕ ਤਰੀਕੇ ਨਾਲ ਦੁਬਾਰਾ ਜਿਹੜੀ ਆ ਕਾਇਆਕਲਪ ਹੋਣ ਦੇ ਆਸਾਰ ਆ। ਉਹਦੇ 'ਚ ਅਨਫੋਰਚੁਨੇਟਲੀ ਤੁਸੀਂ ਕੁਰਾਲੀ ਤੋਂ ਜੇ, ਕੁਰਾਲੀ ਦਾ ਨਾਂ ਤਾਂ ਉਹਦੇ ਵਿੱਚ ਨਹੀਂ ਗਾ, ਪਰ ਮੇਰੇ ਖਿਆਲ ਇੱਕ ਵਾਰੀ ਕੰਮ ਸ਼ੁਰੂ ਹੋ ਜੂਗਾ ਅਤੇ ਹੌਲੀ ਹੌਲੀ ਕੁਝ ਸ਼ਹਿਰਾਂ 'ਚ ਹੋ ਜੂ ਅਤੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਗੱਲ ਜਿਹੜੀ ਆ ਅੱਗੇ ਪਹੁੰਚ ਜੂਗੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣਦੇ ਹਾਂ, ਫਿਰ ਉਸ ਤੋਂ ਬਾਅਦ ਮੇਰੇ ਖਿਆਲ ਸਮਾਂ ਥੋੜ੍ਹਾ ਹੀ ਰਹਿ ਗਿਆ ਵਾ, ਜਲਦੀ ਸਾਨੂੰ ਹੋਰ 1-2 ਮਿੰਟ ਦੇ ਵਿੱਚ ਪ੍ਰੋਗਰਾਮ ਦੀ ਸਮਾਪਤੀ ਕਰਨੀ ਪਊ। ਹੈਲੋ ਹੈਲੋ ਸੰਤ ਸਾਹਿਬ, ਸਤਿ ਸ਼੍ਰੀ ਅਕਾਲ, ਜਸ ਕਮਰਵੀਰ ਸਿੰਘ ਬੋਲ ਰਿਹਾ। ਹਾਂਜੀ ਜਸ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਸਮਾਂ ਬੜਾ ਥੋੜ੍ਹਾ ਜਿਹਾ, ਸਾਨੂੰ ਤੁਹਾਨੂੰ ਬਹੁਤ ਬਰੀਫ ਹੋਣਾ ਪੈਣਾ। ਹਾਂਜੀ, ਜ਼ਿਆਦਾ ਟਾਈਮ ਨਹੀਂ ਲੈਂਦਾ, ਮੈਂ 1-2 ਪੁਆਇੰਟ ਹੀ ਤੁਹਾਨੂੰ ਕਹਿਣੇ ਨੇ ਜੀ। ਇੱਕ ਚੀਜ਼ ਤਾਂ ਇਹ ਆ ਕਿ ਇੰਡੀਆ ਦਾ ਜਿਹੜਾ ਸਿਸਟਮ ਹੈ ਨਾ, ਪੋਲੀਟੀਕਲ ਸਿਸਟਮ ਜਿਹੜਾ ਆ ਜੀ, ਦੈਟ ਇਜ਼ ਅ ਡੈਮੋਕ੍ਰੈਟਿਕ ਡਿਕਟੇਟਰਸ਼ਿਪ। ਰਾਈਟ, ਮਤਲਬ ਬਾਹਰੋਂ ਡੈਮੋਕ੍ਰੈਟਿਕ ਆ ਬਟ ਇਟ ਇਜ਼ ਅ ਡਿਕਟੇਟਰਸ਼ਿਪ। ਓਕੇ, ਦੂਜੀ ਚੀਜ਼ ਇਹ ਆ ਕਿ ਇੰਡੀਆ ਦੇ ਵਿੱਚ ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਪੋਲੀਟੀਕਲ ਬੰਦਾ ਜਿਹਦਾ ਬਹੁਤ ਜ਼ਿਆਦਾ ਹੀ ਜਿਹਦਾ ਗੰਦੀ ਹਾਲਤ ਹੈ ਨਾ, ਉਹਨੂੰ ਟਿਕਟਾਂ ਮਿਲ ਜਾਂਦੀਆਂ, ਔਰ ਟਿਕਟਾਂ ਦੇਣ ਦਾ ਵੀ ਜਿਹੜਾ ਸਿਸਟਮ ਆ ਦੈਟ ਇਜ਼ ਨਾਟ ਪਰਫੈਕਟ, ਕਿਉਂਕਿ ਬਾਹਰਲੇ ਮੁਲਕਾਂ ਵਰਗਾ ਹਿਸਾਬ ਨਹੀਂਗਾ ਹੈਗਾ ਕਿ ਕੋਈ ਟਿਕਟਾਂ ਕਿੰਨੇ ਦੇਣੀਆਂ ਜੀ, ਬਾਦਲ ਸਾਹਿਬ ਦੇ ਦੇਣ, ਕੋਈ ਹੋਰ ਦੇ ਦੇਣ, ਬਾਜਵਾ ਸਾਹਿਬ ਦੇ ਦੇਣ, ਜਾਂ ਕੈਪਟਨ ਸਾਹਿਬ ਦੇ ਦੇਣ, ਜਾਂ ਇੰਦਰਾ ਗਾਂਧੀ ਦੇ ਦੇ, ਜਾਂ ਇੰਦਰਾ ਗਾਂਧੀ ਦੀ ਨੂੰਹ ਦੇ ਦੇ। ਯੂ ਨੋ ਦੀਜ਼ ਥਿੰਗਸ ਆਰ ਕੰਪਲੀਟਲੀ ਆਊਟ ਆਫ ਕੰਟਰੋਲ, ਮਤਲਬ ਇਹ ਡੈਮੋਕ੍ਰੈਟਿਕ ਸਿਸਟਮ ਨੀਗਾ ਹੈਗਾ। ਨੰਬਰ 2 ਇਹ ਚੀਜ਼ ਹੈ ਕਿ ਜਿਸ ਤਰ੍ਹਾਂ ਹੁਣ
ਇਹ ਆਪਣੇ ਬੱਚੇ ਨੂੰ ਲਿਆਉਣ ਵਾਸਤੇ ਜਾਂ ਕੋਈ ਗੱਲ ਕਰਨ, ਜਿੱਦਾਂ ਬਾਦਲ ਸਾਹਿਬ ਨੇ ਉਦੋਂ ਗੱਲ ਕੀਤੀ ਸੀ ਕਿ ਮਾਮ ਨਾਟ ਮਤਲਬ ਅਗੇਂਸਟ ਐਨੀ ਬੜੀ ਔਰ ਐਨੀ ਫੇਵਰ ਔਨ ਐਨੀ ਬੜੀ, ਬਾਦਲ ਸਾਹਿਬ ਨੇ ਗੱਲ ਕੀਤੀ ਵੀ ਉਹ ਭਾਈ ਜੇ ਤੁਸੀਂ ਪੜ੍ਹਾਈ ਕਰਕੇ ਕੁਛ ਨਹੀਂ ਕਰ ਸਕਦੇ ਇਹਨਾਂ ਤੇ, ਮੇਰੇ ਕੋਲ ਆ ਜਾਓ ਤੇ ਪੋਲੀਟਿਕਸ 'ਚ ਆ ਜਾਓ। ਇਟ ਮੀਨਸ ਦੈਟਸ ਅ ਲਾਸਟ ਰਿਫਿਊਜ ਆਫ ਸਕਾਉਂਡਰਲਸ, ਮਤਲਬ ਪੋਲੀਟਿਕਸ ਦਾ ਮਤਲਬ ਜਿਹੜਾ ਗੋਰੇ ਕਹਿੰਦੇ ਸੀਗੇ ਕਿ ਪੋਲੀਟਿਕਸ ਇਜ਼ ਅ ਲਾਸਟ ਰਿਫਿਊਜ ਆਫ ਸਕਾਉਂਡਰਲਸ, ਬਿਲਕੁਲ ਬਿਲਕੁਲ ਇਟ ਇਜ਼ ਬੀਂਗ ਪ੍ਰੂਵਡ ਇਨ ਇੰਡੀਆ। ਹਾਂਜੀ ਬਿਲਕੁਲ ਬਿਲਕੁਲ ਜਸਕਮਰ ਜੀ, ਕਿਉਂਕਿ ਸਮਾਂ ਥੋੜ੍ਹਾ ਵਾ ਮੈਨੂੰ ਵਿੱਚ ਤੁਹਾਨੂੰ ਕੱਟਣਾ ਪੈ ਰਿਹਾ ਵਾ, ਇਹ ਠੀਕ ਹੈ ਗੱਲ ਕਿ ਸਾਡੇ ਇੱਥੇ ਡੈਮੋਕ੍ਰੇਸੀ ਜਿਹੋ ਜਿਹੀ ਹੋਣੀ ਚਾਹੀਦੀ ਹੈ, ਲੋਕਤੰਤਰ ਉਹ ਨਹੀਂ ਹੈ, ਖਾਸ ਕਰਕੇ ਇਨਰ ਪਾਰਟੀ ਡੈਮੋਕ੍ਰੇਸੀ ਨਹੀਂ ਗੀ ਜਿਹਨੂੰ ਟਿਕਟਾਂ ਵਗੈਰਾ ਮਿਲਦੀਆਂ ਵਾ, ਉਹਦੇ 'ਚ ਪ੍ਰੋਪਰ ਪਾਰਦਰਸ਼ਤਾ ਵਗੈਰਾ ਨਹੀਂ ਹੁੰਦੀ ਜਿਹੜੀ ਹੋਣੀ ਚਾਹੀਦੀ ਹੈ। ਹੁਣ ਕਿਉਂਕਿ ਸਮਾਂ ਖਤਮ ਹੋ ਗਿਆ, ਪਰ ਸ਼ੋਅ ਦੀ ਸਮਾਪਤੀ ਕਰਨ ਤੋਂ ਪਹਿਲਾਂ ਮੈਂ ਕੱਲ੍ਹ ਦੇ ਮਸਲੇ ਬਾਰੇ ਜ਼ਿਕਰ ਕਰਨਾ ਜ਼ਰੂਰ ਚਾਹੁੰਦਾ ਵਾਂ। ਦਿੱਲੀ 'ਚ ਆਮ ਆਦਮੀ ਪਾਰਟੀ ਨੇ ਇੱਕ ਬੜੀ ਵੱਡੀ ਨਿਵੇਕਲੀ ਚੀਜ਼ ਦੀ ਸ਼ੁਰੂਆਤ ਕੀਤੀ ਹੈ, ਬਹੁਤ ਹੀ ਨਿਵੇਕਲੀ ਚੀਜ਼ ਦੀ ਸ਼ੁਰੂਆਤ ਕੀਤੀ ਹੈ। ਆਪ ਡੇਲੀ ਡਾਇਰੀ ਦੇ ਨਾਂ 'ਤੇ ਉਹਨਾਂ ਨੇ ਆਪਣੀ ਵੈਬਸਾਈਟ ਸ਼ੁਰੂ ਕੀਤੀ ਹੈ, ਜਿੱਥੇ ਉਹ ਆਪਣੀ ਰੋਜ਼ ਦੀ ਕਾਰਗੁਜ਼ਾਰੀ ਦੀ ਲਿਸਟ ਦਿੰਦੇ ਆ ਵੀ ਅਸੀਂ ਅੱਜ ਆਹ ਅਚੀਵ ਕੀਤਾ, ਡੇ 148 ਦੇ ਵਿੱਚ ਆਹ ਅਚੀਵ ਕੀਤਾ, ਡੇ 49 'ਚ ਅਸੀਂ ਆਹ ਅਚੀਵ ਕੀਤਾ ਵਾ। ਕੀ ਇਹੋ ਜਿਹੀ ਚੀਜ਼ ਦੀ ਪਾਰਦਰਸ਼ਤਾ ਦੀ ਸਾਡੀ ਸਿਆਸਤ ਵਿੱਚ ਘਾਟ ਸੀ, ਇਹ ਆਪਾਂ ਕੱਲ੍ਹ ਮਸਲਾ ਵਿਚਾਰਾਂਗੇ ਕਿ ਕੀ ਬਾਕੀ ਲੀਡਰਾਂ ਨੂੰ ਵੀ, ਬਾਕੀ ਸਟੇਟਾਂ ਨੂੰ ਵੀ ਇਹੋ ਜਿਹੀ ਚੀਜ਼, ਬਾਕੀ ਪਾਰਟੀਆਂ ਨੂੰ ਵੀ ਜੋ ਆਮ ਆਦਮੀ ਪਾਰਟੀ ਨੇ ਦਿੱਲੀ ਸ਼ੁਰੂ ਕੀਤਾ ਇਹੋ ਜਿਹੀ ਪਾਰਦਰਸ਼ਤਾ ਜਿਹੜੀ ਆ ਉਹਨਾਂ ਨੂੰ ਵੀ ਇਹ ਦੇਣ ਦੀ ਲੋੜ ਆ। ਆਪਾਂ ਕੱਲ੍ਹ ਇਹ ਮਸਲਾ ਵਿਚਾਰਾਂਗੇ। ਹੁਣ ਸਮਾਂ ਖਤਮ ਹੋ ਗਿਆ, ਸੋ ਅੱਜ ਇੰਨਾ ਹੀ, ਹੁਣ ਆਪਾਂ ਕੱਲ੍ਹ ਮਿਲਾਂਗੇ। ਮੈਨੂੰ ਦਿਓ ਇਜਾਜ਼ਤ, ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।